ਬਾਬਾ ਜੀ ਸਤਸੰਗ ਵਿੱਚ ਸਮਝਾਇਆ ਜਾਂਦਾ ਹੈ ਕਿ ਜਿੱਧਰ ਇਨਸਾਨ ਦਾ ਆਖਰੀ ਵਕਤ ਖਿਆਲ ਹੁੰਦਾ ਹੈ ਇਨਸਾਨ ਉਸੇ ਰੋਹ ਵਿੱਚ ਬਹਿਣਾ ਸ਼ੁਰੂ ਹੁੰਦਾ ਹੈ। ਅਤੇ ਬਾਬਾ ਜੀ ਬੇਨਤੀ ਹੈ ਵੀ ਕਿਸੇ ਕੋਲੋਂ ਇੰਨੀ ਨਾਮਦਾਨ ਦੀ ਕਮਾਈ ਨਾ ਹੋਈ ਹੋਵੇ ਲੇਕਿਨ ਉਹਨੇ ਆਪਣੇ ਖਿਆਲ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਵੀ ਮੈਂ ਦੁਬਾਰਾ ਇਸ ਦੁਨੀਆਂ ਵਿੱਚ ਨਹੀਂ ਆਉਣਾ। ਅਤੇ ਬਾਬਾ ਜੀ ਆਖਰੀ ਵਕਤ ਉਹਦਾ ਧਿਆਨ ਇੱਦਾਂ ਕਿਸੇ ਚੀਜ਼ ਵੱਲ ਚੱਲ ਜਾਵੇ ਕੋਈ ਪਰਿਵਾਰ ਮੈਂਬਰ ਜਾਂ ਕਿਸੇ ਹੋਰ ਇਨਸਾਨ ਉਸੇ ਰੋਹ ਵਿੱਚ ਬਹਿਣਾ ਸ਼ੁਰੂ ਕਰ ਦੂਗਾ ਫਿਰ। ਬੇਟਾ ਆਪਾਂ ਇੰਨਾ ਨਹੀਂ ਆਪਣੇ ਆਪ ਨੂੰ ਕਿਸੇ ਵੀ ਚੀਜ਼ ਦੇ ਨਾਲ ਜੋੜਨਾ ਨਹੀਂ ਤਾਂ ਉਹੀ ਵਾਪਸ ਖਿੱਚ ਕੇ ਲਿਆਊਗੀ ਬੇਟਾ, ਠੀਕ ਹੈ ਨਾ। ਭਜਨ ਸਿਮਰਨ ਦਾ ਮਕਸਦ ਹੀ ਇਹ ਹੈ ਜਿਵੇਂ ਬਲੂਨ ਦੀਆਂ ਉਹ ਧਾਗਾ ਬੰਨਿਆ ਹੁੰਦਾ ਨਾ ਤਾਂ ਉਹਨੂੰ ਧਾਗੇ ਨੂੰ ਖੋਲ੍ਹੀਏ ਤਾਂ ਬਲੂਨ ਆਪਣੇ ਆਪ ਉੱਥੇ ਜਾਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਭਜਨ ਸਿਮਰਨ ਹੈ ਕਿ ਇਹ ਕਰਮਾਂ ਦਾ ਧਾਗਾ ਖੋਲ੍ਹ ਲਈਏ ਆਪਾਂ, ਚੜ੍ਹਾਈ ਹੋ ਜਾਊਗੀ। ਮਗਰ ਜੇ ਆਪਾਂ ਕਿਸੇ ਚੀਜ਼ ਦੇ ਨਾਲ ਬੰਨ ਕੇ ਰੱਖਾਂਗੇ ਫਿਰ ਬਲੂਨ ਤਾਂ ਨਹੀਂ ਨਾ ਉੱਡ ਸਕਦਾ। ਬਾਬਾ ਜੀ ਦੂਸਰੀ ਬੇਨਤੀ ਹੈ ਵੀ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਇੱਕ ਪਰਿਵਾਰ 'ਚ ਪਰੇਸ਼ਾਨੀ ਆਈ ਹੈ, ਸਾਰੇ ਪਰਿਵਾਰ ਨੇ ਰਲ ਕੇ ਕੋਸ਼ਿਸ਼ ਕੀਤੀ ਹੈ ਉਸ ਪਰੇਸ਼ਾਨੀ ਨੂੰ ਦੂਰ ਕਰਨ ਦੀ ਲੇਕਿਨ ਨਹੀਂ ਹੋਈ। ਹੁਣ ਸਾਰੇ ਪਰਿਵਾਰ ਨੇ ਰਲ ਕੇ ਜੋ ਕਦਮ ਚੁੱਕਿਆ ਹੈ ਅਤੇ ਮਨ ਪਰੇਸ਼ਾਨ ਰਹਿੰਦਾ ਹੈ, ਪਤਾ ਨਹੀਂ ਉਹ ਠੀਕ ਚੁੱਕਿਆ ਜਾਂ ਗਲਤ, ਮਾਲਕ ਨੂੰ ਉਹ ਠੀਕ ਲੱਗਾ ਹੋਏਗਾ ਜਾਂ ਨਹੀਂ, ਪਤਾ ਨਹੀਂ ਪਰੇਸ਼ਾਨੀ। ਬੇਟਾ ਸਹੀ ਕਰੋ, ਸੱਚ ਦੇ ਰਸਤੇ ਦੇ ਉੱਤੇ ਚੱਲੋ ਬੇਟਾ, ਬਸ ਇਹੀ ਬੇਨਤੀ ਹੈ। ਠੀਕ ਬਾਬਾ ਜੀ, ਜੋ ਪਿਆਰ ਔਰ ਤੜਫ, ਪਿਆਰ ਵਿਸ਼ਵਾਸ ਮਾਲਕ ਦੇ ਪ੍ਰਤੀ ਹੈ ਉਸੇ ਤਰ੍ਹਾਂ ਹੀ ਬਰਕਰਾਰ। ਬਾਬਾ ਜੀ ਮੇਰੇ ਮਿਸੀ ਪਿੱਛੇ 11ਵੇਂ ਮਹੀਨੇ ਚੋਲਾ ਛੱਡ ਗਏ ਅਤੇ ਉਹਨਾਂ ਡੈ ਉਹ ਡੇਰੇ ਸਤਸੰਗ ਘਰਾਂ ਵਿੱਚ ਬਹੁਤ ਸੇਵਾ ਕਰਦੇ ਸਨ ਅਤੇ ਮੈਂ ਵੀ ਉਹਨਾਂ ਦੇ ਨਾਲ ਜਾਂਦਾ ਹੁੰਦਾ ਸੀ। ਮੈਂ ਵੀ ਹੁਣ ਸੇਵਾ ਕਰਦਾ ਅਤੇ ਉਹ ਬਾਬਾ ਜੀ ਕਿੱਥੇ ਸੱਚਖੰਡ ਚਲੇ ਗਏ, ਕਿੱਥੇ ਚਲੇ ਗਏ? ਬੇਟਾ ਆਪਾਂ ਨਾ ਕਿਉਂਕਿ ਆਪਣਾ ਦਾਇਰਾ ਹਾਲੇ ਤੀਕਰ ਸਰੀਰ ਦੇ ਦਾਇਰੇ ਵਿੱਚ ਹੈ ਇਸ ਕਰਕੇ ਸਾਨੂੰ ਇਹ ਚੀਜ਼ਾਂ ਦੇ ਖਿਆਲ ਆਉਂਦੇ ਹੈ, ਇਹ ਪ੍ਰਸ਼ਨ ਉੱਠਦੇ ਆ। ਬੇਟਾ ਜਦੋਂ ਕੋਈ ਵੀ ਆਤਮਾ ਸਰੀਰ ਨੂੰ ਛੱਡ ਕੇ ਜਾਂਦੀ ਹੈ ਉਹਨੂੰ ਕੋਈ ਸਰੀਰ ਦਾ ਯਾਦ ਨਹੀਂ ਬੇਟਾ, ਠੀਕ ਹੈ। ਹੁਣ ਸਾਰਿਆਂ ਨੇ ਮਾਲਕ ਕੋਲ ਜਾਣਾ ਹੈਗਾ, ਅੱਗੇ ਕਰਮਾਂ ਦਾ ਹਿਸਾਬ ਕਿਤਾਬ ਹੈ, ਲੈਣ ਤਾਂ ਮਾਲਕ ਸਾਰਿਆਂ ਨੂੰ ਆਊਗਾ। ਚੰਗੇ ਕਰਮ ਹੋਣਗੇ ਅਸੀਂ ਵਾਪਸ ਆਪਣੇ ਸੱਚੇ ਘਰ ਪਹੁੰਚ ਜਾਵਾਂਗੇ, ਜੇ ਸਾਡਾ ਮੋਹ ਜੁੜਿਆ ਹੋਊਗਾ ਕਿਸੇ ਚੀਜ਼ ਦੇ ਨਾਲ ਫਿਰ ਉਹ ਸਾਨੂੰ ਵਾਪਸ ਖਿੱਚ ਕੇ ਲਿਆਉਂਦਾ। ਬੇਟਾ ਬਾਬਾ ਜੀ ਬਾਬਾ ਭਜਨ ਸਿਮਰਨ ਦੀ ਦਇਆ ਕਰਿਓ ਅਤੇ ਮੈਂ ਵੀ ਇਸੀ ਜਨਮ ਦੇ ਵਿੱਚ ਜਿੱਥੇ ਸੱਚਖੰਡ ਤੁਸੀਂ ਜਾਂਦੇ ਹੋ ਸਰ ਜੀ, ਮੈਂ ਵੀ ਤੁਹਾਡੇ ਨਾਲ ਹੀ ਜਾਣਾ। ਬਾਬਾ ਜੀ ਆਪਾਂ ਭਜਨ ਸਿਮਰਨ ਕਰਦੇ ਹਾਂ 5-10 ਮਿੰਟਾਂ ਨੂੰ ਆਪਣਾ ਕੰਮ ਕਿਉਂ ਯਾਦ ਆਉਣ ਲੱਗ ਜਾਂਦੇ ਆ ਜੀ? ਬੇਟਾ ਕਿਉਂਕਿ ਮਨ ਚਾਹੁੰਦਾ ਹੈ ਕਿ ਤੁਹਾਡਾ ਧਿਆਨ ਨਾ ਟਿਕੇ ਬੇਟਾ, ਮਨ ਆਦਤ ਤੋਂ ਮਜ਼ਬੂਰ ਹੈ, ਠੀਕ ਹੈ ਨਾ। ਇਸ ਕਰਕੇ ਆਪਾਂ ਦੇਖਣਾ ਕਿ ਸਾਡੇ ਭਲੇ ਵਿੱਚ ਕੀ ਹੈ, ਜੇ ਇਨਸਾਨ ਆਪਣਾ ਭਲਾ ਨਹੀਂ ਦੇਖੂਗਾ ਤਾਂ ਹੋਰ ਕੀ ਸਾਡਾ ਭਲਾ ਦੇਖੂਗਾ ਬੇਟਾ, ਠੀਕ ਹੈ ਜੀ। ਸੋ ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰਦੇ ਰਹੀਏ, ਧਿਆਨ ਤਾਂ ਜਾਊਗਾ, ਵਾਪਸ ਲਿਆਓ, ਜਾਊਗਾ ਵਾਪਸ ਲਿਆਓ, ਆਪਾਂ ਮਨ ਨੂੰ ਥਕਾਉਣਾ ਹੈ, ਠੀਕ ਹੈ। ਬਾਬਾ ਜੀ ਦੂਜਾ ਸਵਾਲ ਇਹ ਹੈ ਜੀ, ਆਪਾਂ ਜਿਹਨੂੰ ਪਿਆਰ ਕਰਦੇ ਹਾਂ ਜ਼ਿੰਦਗੀ 'ਚ ਆਪਾਂ ਨੂੰ ਕਿਉਂ ਨਹੀਂ ਮਿਲਦਾ ਜੀ, ਜਿਵੇਂ ਕੋਈ ਫਰੈਂਡ ਹੋ ਗਿਆ ਜਾਂ ਕੋਈ ਰਿਸ਼ਤੇਦਾਰ ਹੋ ਜਾਂਦਾ ਜੀ? ਬੇਟਾ ਸੱਚਾ ਪਿਆਰ ਉਹ ਹੁੰਦਾ ਜਿਹਦੇ ਵਿੱਚ ਕੋਈ ਮੰਗ ਨਾ ਹੋਵੇ। ਸੱਚੇ ਪਿਆਰ 'ਚ ਆਪਾਂ ਦੇਣਾ ਸਿੱਖਣਾ, ਲੈਣਾ ਨਹੀਂ ਸਿੱਖਣਾ, ਠੀਕ ਹੈ, ਠੀਕ ਹੈ ਨਾ। ਜਿੱਥੇ ਆਪਾਂ ਪਿਆਰ ਕਰਕੇ ਕੁਛ ਮੰਗਣਾ ਸ਼ੁਰੂ ਕਰਤਾ ਫਿਰ ਤਾਂ ਪਿਆਰ ਨਹੀਂ ਗਾ ਬੇਟਾ, ਫਿਰ ਤਾਂ ਕਾਰੋਬਾਰ ਹੋ ਗਿਆ, ਠੀਕ ਹੈ। ਬਾਬਾ ਜੀ ਮੇਰੀ ਬੇਟੀ ਆ, ਉਹਦਾ ਰਿਸ਼ਤਾ ਨੌਨ ਸਤਸੰਗੀ ਪਰਿਵਾਰ ਦੇ ਵਿੱਚ ਹੋਇਆ ਆ ਅਤੇ ਉਹ ਕਹਿੰਦੀ ਆ ਜਦੋਂ ਤੱਕ ਮੈਨੂੰ ਬਾਬਾ ਜੀ ਤੋਂ ਨਾਮਦਾਨ ਨਹੀਂ ਮਿਲਦਾ ਮੈਂ ਮੈਰਿਜ ਨਹੀਂ ਕਰਵਾਉਣੀ ਹੈਗੀ, ਬਾਬਾ ਜੀ ਉਹਦੀ ਦੁਬਿਧਾ ਦੂਰ ਕਰੋ। ਨਹੀਂ ਬੇਟਾ, ਐਂ ਨਹੀਂ ਸੋਚੀਦਾ ਹੁੰਦਾ ਬੇਟਾ। ਦੇਖੋ ਮਹਾਰਾਜ ਜੀ ਨੇ ਆਪਾਂ ਨੂੰ ਆਪਣੇ ਮਜ਼ਹਬਾਂ ਤੋਂ, ਜ਼ਾਤਾਂ ਪਾਤਾਂ ਤੋਂ, ਇਹਨਾਂ ਸਭ ਚੀਜ਼ਾਂ ਤੋਂ ਉੱਤੇ ਚੁੱਕਿਆ ਬੇਟਾ। ਆਪਾਂ ਅੱਗੇ ਜਾ ਕੇ ਹੋਰ ਦੀਵਾਰ ਖੜੀ ਕਰ ਲਈ, ਸਤਸੰਗੀ ਗੈਰ ਸਤਸੰਗੀ ਜੀ। ਬੇਟਾ ਮਾਲਕ ਦੇ ਘਰ 'ਚ ਕੋਈ ਗੈਰ ਥੋੜ੍ਹੀ ਹੋ ਸਕਦਾ ਹੈਗਾ ਬੇਟਾ, ਚੰਗੇ ਇਨਸਾਨ ਹੋਣੇ ਚਾਹੀਦੇ ਹੈ। ਆਪਾਂ ਨਹੀਂ ਐਂ ਕਦੇ ਵੀ ਸੋਚਣਾ, ਆਪਾਂ ਬੇਟਾ ਜੇ ਚੰਗੇ ਇਨਸਾਨ ਹੈ ਸੁਖੀ ਰਹੂਗੀ, ਕਦਰ ਕਰਨਗੇ ਉਹਦੀ, ਅਤੇ ਜੇ ਚੰਗੇ ਨਹੀਂ ਗੇ ਭਾਵੇਂ ਸਤਸੰਗੀ ਹੋਣ, ਹੁਣ ਇਹ ਕਿੱਥੇ ਲਿਖਿਆ ਕਿ ਸਾਰੇ ਸਤਸੰਗੀ ਸੰਤ ਮਹਾਤਮਾ ਹੈ? ਹਾਂ ਸਤਸੰਗੀ ਵੀ ਕਈ ਮਾੜੇ ਹੁੰਦੇ ਆ ਕਿ ਨਹੀਂ ਹੁੰਦੇ? ਤਾਂ ਫਿਰ ਬਾਬਾ ਜੀ ਬਸ ਉਹ ਕਹਿੰਦੀ ਮੈਂ ਜਦ ਤੱਕ ਬਾਬਾ ਜੀ ਦਾ ਨਾਮਦਾਨ ਨਹੀਂ ਮਿਲਦਾ ਮੈਂ ਮੈਰਿਜ ਕਰਵਾਉਣੀ ਨਹੀਂ, ਆੜੀ ਬੈਠੀ ਆ ਐਵੇਂ ਬਹਾਨੇ ਮਾਰਦੀ ਹੈ, ਕਹੋ ਕਿ ਪਹਿਲਾਂ ਵਿਆਹ ਕਰਾ ਲਾ ਫਿਰ ਹੋ ਜਾਊਗਾ ਕੰਮ। ਹਾਂ ਹਾਂਜੀ।
ਕਹਿੰਦੇ ਬਾਬਾ ਜੀ ਉਹਨਾਂ ਨੇ ਅਸੀਂ ਕੋਈ ਸਤਸੰਗ ਨਹੀਂ, ਇੱਕ ਸਤਸੰਗ ਸੁਣਿਆ ਸੀਗਾ ਕੈਨੇਡਾ ਰਹਿੰਦੇ ਆ, ਅਤੇ ਕਹਿੰਦੀ ਮੈਂ ਤਾਂ ਇੱਥੋਂ ਹੀ, ਕਹਿੰਦੀ ਫਿਰ ਉਹਨਾਂ ਨੂੰ ਸਤਸੰਗ ਸੁਣਨੇ ਪੈਣੇ ਆ, ਅਤੇ ਮੈਂ ਤਾਂ ਕਹਿੰਦੀ ਪਹਿਲੇ ਆਪਣਾ ਇੱਥੋਂ ਕਰਕੇ ਜਾਣਾ ਆ, ਉਹਨਾਂ ਨੂੰ ਪਤਾ ਨਹੀਂ ਨਾਲ ਚੱਲਣਾ ਵੀ ਕਿ ਨਹੀਂ ਚੱਲਣਾ, ਵੈਸੇ ਮਨਾ ਨਹੀਂ ਕਰਦੇ ਹੈਗੇ ਕਿਸੇ ਵੀ ਚੀਜ਼ ਨੂੰ। ਨਹੀਂ ਨਹੀਂ ਕੋਈ ਨਾ ਕੋਈ ਨਾ, ਉਹਨੂੰ ਕਹੋ ਕਿ ਉੱਥੇ ਜਾਵੇ, ਇਹੋ ਜਿਹਾ ਪਿਆਰ ਦੇਵੇ ਕਿ ਸਾਰੇ ਪਰਿਵਾਰ ਨੂੰ ਵੀ ਨਾਲ ਲੈ ਕੇ ਆਵੇ, ਇਕੱਲੇ ਨੂੰ ਕਾਹਨੂੰ ਆਉਣਾ। ਹਾਂਜੀ ਹਾਂਜੀ ਬਾਬਾ ਜੀ, ਜਦੋਂ ਮੈਂ ਸਿਮਰਨ 'ਤੇ ਬੈਠਦੀ ਹਾਂ, ਅੱਖਾਂ ਬੰਦ ਕਰਦੀ, ਅੱਖਾਂ ਦੇ ਵਿਚਕਾਰ ਜਿੱਦਾਂ ਸਰ੍ਹੋਂ ਦੇ ਦਾਣੇ ਵਰਗਾ ਕਾਲਾ ਦੇ ਤਿਲ ਮੇਰੇ ਨਾ ਅੱਗੇ ਆਉਂਦਾ ਆ, ਔਰ ਮੇਰਾ ਧਿਆਨ ਨਹੀਂ ਟਿਕ ਪਾਉਂਦਾ ਬਾਬਾ ਜੀ, ਕਦੇ ਇੱਧਰ ਨੂੰ ਕਦੇ ਇੱਧਰ ਨੂੰ, ਮਨ ਤਾਂ ਲੱਗਦਾ ਆ ਪਰ ਧਿਆਨ ਉੱਧਰ ਹੀ ਰਹਿੰਦਾ ਆ, ਕਦੇ ਇੱਧਰ ਨੂੰ ਹੁੰਦਾ ਕਦੇ ਇੱਧਰ ਨੂੰ ਹੁੰਦਾ ਬਾਬੇ। ਨਹੀਂ ਬੇਟਾ, ਪਰਖਾਂ 'ਚ ਨਾ ਪਾਓ ਬੇਟਾ, ਜੋ ਵੀ ਦਿਖਾਈ ਦਿੰਦਾ ਨਾ ਉਹਦੇ ਵਿੱਚੋਂ ਆਨੰਦ ਲਓ, ਪਰਖ ਨਾ ਕਰੋ। ਜੀ ਬਾਬਾ ਜੀ, ਹਾਂਜੀ ਬਾਬਾ ਜੀ, ਮੇਰਾ ਪਰਿਵਾਰ ਬਹੁਤ ਅੱਛਾ ਹੈ, ਮੈਨੂੰ ਫੈਮਿਲੀ ਬਹੁਤ ਅੱਛੀ ਮਿਲੀ ਹੈ, ਪਰ ਜਿਹੜੇ ਮੇਰੇ ਫਾਦਰ ਇਨ ਲੋ ਨੇ ਉਹ ਡਰਿੰਕ ਕਰਦੇ ਆ ਬਾਬਾ ਜੀ, ਮੇਰੇ ਮਨ 'ਚ ਕਿਸੇ ਨਾ ਕਿਸੇ ਟਾਈਮ ਇਹ ਵਹਿਮ ਹੋ ਜਾਂਦਾ ਵੀ ਮੈਂ ਉਹਨਾਂ ਦੇ ਖਾਣਾ ਖਾਣ ਤੋਂ ਬਾਅਦ ਬਰਤਨ ਧੋਨੀ ਹਾਂ ਅਤੇ ਵੀ ਸ਼ਾਇਦ ਮੇਰਾ ਭਜਨ ਸ਼ਰਮ ਪਿੱਛੇ ਜਾ ਰਿਹਾ। ਨਹੀਂ ਬੇਟਾ, ਐ ਨਹੀਂ, ਆਪਾਂ ਨਹੀਂ ਕਿਸੇ ਦੀ ਪਰਖ ਕਰਨੀ ਬੇਟਾ, ਹਰੇਕ ਦੀ ਆਪਣੀ ਜ਼ਿੰਦਗੀ, ਹਰੇਕ ਦੀ ਆਪਣੀ ਸੋਚ ਹੈ, ਉਹ ਸਾਡੇ ਨਾਲ ਤਾਂ ਨਹੀਂ ਜ਼ਬਰਦਸਤੀ ਕਰਦੇ ਬੇਟਾ। ਹਾਂਜੀ, ਜੇ ਉਹ ਕਹਿਣ ਕਿ ਤੁਸੀਂ ਆਪਣਾ ਰਸਤਾ ਬਦਲੋ ਤੁਹਾਨੂੰ ਚੰਗਾ ਲੱਗੂਗਾ ਬੇਟਾ, ਹਾਂਜੀ, ਤਾਂ ਜੇ ਉਹ ਤੁਹਾਡੇ ਸੋਚ ਦੀ ਕਦਰ ਕਰਦੇ ਆ, ਤੁਹਾਨੂੰ ਵੀ ਉਹਨਾਂ ਦੇ ਸੋਚ ਦੀ ਕਦਰ ਕਰਨੀ ਚਾਹੀਦੀ ਹੈ ਬੇਟਾ। ਆਪਾਂ ਨਹੀਂ ਕਿਸੇ ਨਾਲ ਜ਼ਬਰਦਸਤੀ ਕਰਨੀ, ਆਪਾਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ, ਠੀਕ ਹੈ ਨਾ। ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਓ, ਮਾਲਕ ਜਦੋਂ ਬਖਸ਼ਿਸ਼ ਕਰਨਾ ਚਾਹੂਗਾ ਉਹਦੀ ਮੌਜ ਹੈ ਬੇਟਾ। ਠੀਕ ਹੈ ਬਾਬਾ ਜੀ, ਦਇਆ ਮੇਰ ਕਰੋ ਕਿ ਭਜਨ ਸਿਮਰਨ ਵੱਧ ਤੋਂ ਵੱਧ ਹੋਵੇ, ਮਾਹੌਲ ਬਣੇ। ਬਾਬਾ ਜੀ, ਇੱਕ ਚੰਗੇ ਸੇਵਾਦਾਰ ਦੇ ਕਿਆ ਗੁਣ ਹੈ? ਬੇਟਾ, ਜੋ ਦੇਣਾ ਚਾਹੁੰਦਾ ਹੈਗਾ ਲੈਣਾ ਨਹੀਂ ਚਾਹੁੰਦਾ, ਔਰ ਜੋ ਕਦੇ ਵੀ ਕਿਸੇ ਚੀਜ਼ ਨੂੰ ਗਿਣਤੀ ਵਿੱਚ ਨਹੀਂ ਪਾਉਂਦਾ ਬੇਟਾ। ਜੇ ਆਪਾਂ ਸੋਚਿਆ ਕਿ ਮੈਨੂੰ ਆਹ ਸੇਵਾ ਚਾਹੀਦੀ ਹੈ ਜਾਂ ਮੈਂ ਇਸ ਤਰ੍ਹਾਂ ਕਰਨਾ ਹੈਗਾ, ਫਿਰ ਤਾਂ ਗਿਣਤੀ ਹੋ ਗਈ ਨਾ। ਸੇਵਾ ਦਾ ਮਤਲਬ ਹੈ ਦੇਣਾ। ਬਾਬਾ ਜੀ, ਜਿੱਦਾਂ ਕਿ ਮੇਰਾ ਨੇਚਰ ਬਹੁਤ ਹੀ ਸ਼ਾਂਤ ਹੈ ਨਾ, ਤਾਂ ਮਤਲਬ ਕਿ ਲੋਕ ਮੇਰਾ ਬਹੁਤ ਜ਼ਿਆਦਾ ਫਾਇਦਾ ਉਠਾ ਦਿੰਦੇ, ਮੈਨੂੰ ਪਤਾ ਹੀ ਨਹੀਂ ਲੱਗਦਾ। ਬੇਟਾ, ਜੋ ਤੇਰੇ 'ਤੇ ਹੱਸਦਾ ਹੈ ਨਾ ਉਹ ਤੇਰੇ ਕਰਮ ਚੁੱਕਦਾ, ਸੋ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ, ਹੋਰ ਤੂੰ ਹੱਸਿਆ ਕਰ। ਬਾਬਾ ਜੀ, ਜਿੱਦਾਂ ਕਿ ਚਲੋ ਲੋਕਾਂ ਦਾ ਤਾਂ ਕੋਈ ਨਾ, ਪਰ ਮੇਰੀ ਫੈਮਿਲੀ ਦੇ ਸਿਰਫ ਮੈਂ ਔਰ ਮੰਮੀ ਹੈ, ਪਾਪਾ ਦਾ ਤਾਂ ਤੁਹਾਡੇ ਕੋਲ ਚਲ ਗਏ ਪਹਿਲੇ ਦੇ ਹੀ, ਅਤੇ ਬਾਕੀ ਦੇ ਪਰਿਵਾਰ ਦੇ ਮੈਂਬਰ ਮਤਲਬ ਇੱਕ ਤਰ੍ਹਾਂ ਡੋਮੈਸਟਿਕ ਵਾਇਲੈਂਸ ਕਹਿ ਸਕਦੇ ਹਾਂ ਆਪਾਂ, ਅਸੀਂ ਝੇਲ ਰਹੇ ਹਾਂ ਅਤੇ ਬਖਸ਼ਿਸ਼ ਕਰਨਾ ਉਹਦੇ 'ਤੇ। ਬਾਬਾ ਜੀ, ਮੰਮੀ ਕਹਿੰਦੇ ਕਿ ਇੱਕ ਪ੍ਰੋਬਲਮ ਹੈ, ਜੋ ਵੀ ਪ੍ਰੋਬਲਮ ਹੈ ਇਸ ਦੁਨੀਆ ਦੇ ਵਿੱਚ, ਉਹਦਾ ਇੱਕ ਸਲਿਊਸ਼ਨ ਹੈ ਕਿ ਬਾਬਾ ਜੀ ਨੂੰ ਕਹੋ ਕਿ ਮੈਨੂੰ ਆਪਣਾ ਸਰੂਪ ਦੇ ਦੇਵੇ, ਆਪਣੇ ਆਪ 'ਚ ਮਿਲਾ ਲਵੇ, ਬਾਬਾ ਜੀ ਬਖਸ਼ਿਸ਼ ਕਰਨਾ ਨਾਮ ਦਾ। ਬੇਟਾ, ਆਪਾਂ ਦੁਨੀਆ ਨੂੰ ਨਹੀਂ ਬਦਲ ਸਕਦੇ, ਆਪਾਂ ਆਪਣੇ ਆਪ ਨੂੰ ਬਦਲ ਸਕਦੇ। ਜੇ ਆਪਾਂ ਆਪਣੇ ਅੰਦਰੋਂ ਉਹ ਹਿੰਮਤ ਜਾਗ੍ਰਿਤ ਕਰਾਂਗੇ ਨਾ, ਕੋਈ ਸਾਡਾ ਬਾਲ ਨਹੀਂ ਬਾਂਕਾ ਕਰ ਸਕਦਾ। ਸੋ ਇਸ ਕਰਕੇ ਆਪਾਂ ਕਿਸੇ ਦਾ ਕੁਛ ਨਹੀਂ ਵਿਗਾੜਨਾ, ਆਪਾਂ ਕਿਸੇ ਨੂੰ ਕੁਛ ਨਹੀਂ ਕਹਿਣਾ, ਆਪਾਂ ਆਪਣੇ ਆਪ ਨੂੰ ਇਹੋ ਜਿਹਾ ਲਾਇਕ ਬਣਾਉਣਾ ਕਿ ਅਸੀਂ ਉਹਦੇ ਭਾਣੇ 'ਚ ਰਹਿ ਕੇ ਅਸੀਂ ਆਪਣਾ ਕਾਰਜ ਪੂਰਾ ਕਰ ਸਕੀਏ। ਠੀਕ ਹੈ ਬਾਬੇ। ਬਾਬਾ ਜੀ, ਜੇ ਆਪਾਂ ਮਤਲਬ ਕਿ ਕੋਈ ਦਰਖਤ ਜਾਂ ਪੱਤਾ ਤੋੜਦੇ ਹਾਂ ਅਤੇ ਕਹਿੰਦੇ ਮਤਲਬ ਕਿ ਇਹਦਾ ਕਰਮ ਬਣਦਾ, ਜੇ ਆਪਾਂ ਸਤਸੰਗ ਦੇ ਅੰਦਰ ਵੀ ਇੱਦਾਂ ਮਤਲਬ ਕਿ ਤੋੜਦੇ ਹਾਂ ਤਾਂ ਫਿਰ ਉਹਦਾ ਵੀ ਕਰਮ ਬਣਦਾ ਹੋਇਆ ਆਪਣਾ? ਕਰਮ ਤਾਂ ਭਾਵੇਂ ਜਿੱਥੇ ਮਰਜ਼ੀ ਤੋੜੋ, ਇਹ ਕੀ ਮਤਲਬ ਹੈ ਕਿ ਸਤਸੰਗ ਵਿੱਚ ਤੋੜਾਂਗੇ ਤਾਂ ਨਹੀਂ ਬਣੂਗਾ। ਹਾਂ, ਅਤੇ ਬਾਬਾ ਜੀ, ਜਿੱਦਾਂ ਆਪਾਂ ਜੇ ਕਿਸੇ ਦੀ ਹੈਲਪ ਕਰਦੇ ਕਰਦੇ, ਜਿੱਦਾਂ ਕੋਈ ਜੀਵ ਆ, ਕੀੜੀ ਹੋ ਗਈ ਜਾਂ ਇੱਦਾਂ, ਇਹਨਾਂ ਦੀ ਹੈਲਪ ਕਰਦੇ ਕਰਦੇ ਮਤਲਬ ਉਹਨਾਂ ਨੂੰ ਬਾਹਰ ਛੱਡਦੀ ਹੈ, ਪਰ ਫਿਰ ਵੀ ਮਤਲਬ ਕਿ ਆਪਣੇ ਹੱਥੀਂ ਉਹਨਾਂ ਦੀ ਮਤਲਬ ਕਿ ਮੌਤ ਹੋ ਜਾਵੇ, ਪਰ ਫਿਰ ਉਹ ਵੀ ਕਰਮ? ਬੇਟਾ, ਆਪਾਂ ਸਾਹ ਵੀ ਲੈਂਦੇ ਹਾਂ ਨਾ, ਇਹਦੇ ਨਾਲ ਵੀ ਕਰਮ ਬਣਦੇ ਆ, ਮਗਰ ਕਈ ਕਰਮ ਇਹੋ ਜਿਹੇ ਆ ਜਿਨ੍ਹਾਂ ਦਾ ਆਪਾਂ ਆਪਣੀ ਕਰਨੀ ਦੇ ਨਾਲ ਹਿਸਾਬ ਕਿਤਾਬ ਦੇ ਸਕਦੇ ਹਾਂ, ਕਈ ਕਰਮ ਇਹੋ ਜਿਹੇ ਆ ਜਿਨ੍ਹਾਂ ਦਾ ਬੋਝ ਇੰਨਾ ਪਊਗਾ ਕਿ ਸਾਡੇ ਤੋਂ ਚੁੱਕਿਆ ਨਹੀਂ ਜਾਣਾ ਬੇਟਾ। ਸੋ ਇਸ ਕਰਕੇ ਇੰਨੀ ਬਰੀਕੀ ਵਿੱਚ ਨਾ ਸੋਚੋ, ਆਪਣੇ ਵੱਲੋਂ ਇਹ ਸੋਚੋ ਕਿ ਆਪਾਂ ਸਹੀ ਰਸਤੇ ਦੇ ਉੱਤੇ ਚੱਲਣਾ, ਮਾਲਕ ਦੇ ਤਰਫ ਵਧਣ ਦੀ ਕੋਸ਼ਿਸ਼ ਕਰਨੀ ਹੈ, ਔਰ ਕਿਸੇ ਦਾ ਦਿਲ ਨਹੀਂ ਦੁਖਾਉਣਾ। ਬਾਬਾ ਜੀ, ਅਸਲ 'ਚ ਸ਼ਬਦ ਧੁਨ ਕੀ ਆ? ਬੇਟਾ, ਨਾਮ, ਸ਼ਬਦ, ਕਲਮਾ, ਨਾਦ, ਵਰਡ, ਹੁਣ ਇਹ ਅਲੱਗ ਅਲੱਗ ਲਫਜ਼ ਹੈ ਉਸ ਤਾਕਤ ਨੂੰ ਬਿਆਨ ਕਰਨ ਵਾਸਤੇ ਜਿਹਨੇ ਸ੍ਰਿਸ਼ਟੀ ਨੂੰ ਬਣਾਇਆ। ਨਾਮੋ ਉਪਜੇ, ਨਾਮੋ ਬਿਣਸੇ। ਸੋ ਇਹ ਉਹ ਤਾਕਤ ਹੈ ਜਿਹਨੇ ਸ੍ਰਿਸ਼ਟੀ ਨੂੰ ਬਣਾਇਆ, ਜਿਹਦੇ ਸਹਾਰੇ ਦੁਨੀਆ ਚੱਲ ਰਹੀ ਹੈ। ਇਹਨੂੰ ਆਪਾਂ ਕ੍ਰੀਏਟਿਵ ਪਾਵਰ ਕਹਿ ਦਿੰਦੇ ਹਾਂ।
ਜਿਹਨੇ ਸਾਰੀ ਉਤਪਤੀ ਬਣਾਈ ਔਰ ਜਿਹਦੇ ਬਲ ਦੇ ਉੱਤੇ ਸਾਰਾ ਕੁਛ ਚੱਲ ਰਿਹਾ। ਹੁਣ ਉਹ ਸਾਡੇ ਅੰਦਰ ਹੈ, ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਏ ਗੁਰ ਕੇ ਹੇਤ ਅਪਾਰ। ਸੋ ਆਪਾਂ ਉਹਦੀ ਤਲਾਸ਼ ਵਿੱਚ ਨਿਕਲੇ ਹਾਂ, ਜੇ ਸਾਨੂੰ ਉਹਦਾ ਸਹਾਰਾ ਮਿਲ ਜੇ, ਹੁਣ ਜਿੰਨੇ ਵੀ ਆਪਣੇ ਕੋਲ ਇਸ ਵਕਤ ਤਾਕਤ ਹੈ, ਸਾਡੀ ਤਾਕਤ ਵੱਧ ਜੇ ਤਾਂ ਜ਼ਿੰਦਗੀ ਦਾ ਸਾਹਮਣਾ ਕਰਨਾ ਆਸਾਨ ਹੋ ਜਾਊਗਾ ਕਿ ਨਹੀਂ? ਔਰ ਇਹ ਤਾਂ ਉਹ ਤਾਕਤ ਹੈ ਜਿਹਨੇ ਸ੍ਰਿਸ਼ਟੀ ਨੂੰ ਬਣਾਇਆ ਬੇਟਾ। ਬਾਬਾ ਜੀ, ਸੁਣਨ ਦੇ ਸਮੇਂ ਹੱਥ ਪੈਰ ਸੁਣ ਹੁੰਦੇ, ਲੇਕਿਨ ਲੱਕ ਤੋਂ ਉੱਪਰ ਚੜ੍ਹਾਈ ਨਹੀਂ ਹੈਗੀ। ਪਰਖਾਂ ਵਿੱਚ ਨਾ ਪਾਓ ਬੇਟਾ, ਆਪਾਂ ਨਹੀਂ ਦੇਖਣਾ ਕਿ ਕਿੱਥੇ ਪਹੁੰਚੇ ਹਾਂ, ਕੀ ਹੋ ਰਿਹਾ, ਆਪਾਂ ਤਾਂ ਹੁਕਮ ਦੀ ਪਾਲਣਾ ਕਰ ਰਹੇ ਹਾਂ। ਆਪਾਂ ਤਾਂ ਮਹਾਰਾਜ ਜੀ ਦੇ ਹੁਕਮ ਨੂੰ ਮੰਨ ਕੇ ਆਪਾਂ ਭਜਨ ਸਿਮਰਨ ਕਰਨਾ, ਔਰ ਜੇ ਹੁਕਮ ਵਿੱਚ ਰਹਿ ਕੇ ਕਰਾਂਗੇ ਉਹਨਾਂ ਦੀ ਜ਼ਿੰਮੇਵਾਰੀ ਹੈ, ਫਿਰ ਆਪਣੇ ਆਪ ਸਾਰਾ ਕੁਛ ਕਰਵਾਉਣਗੇ। ਬਾਬਾ ਜੀ ਰਾਧਾ ਸੁਆਮੀ, ਬਾਬਾ ਜੀ ਕਈ ਵਾਰ ਇੱਦਾਂ ਹੁੰਦਾ ਹੈ ਕਿ ਅਸੀਂ ਜਾਣੇ ਅਣਜਾਣੇ 'ਚ ਕਿਸੇ ਦਾ ਮਨ ਖਾ ਦਿੰਦੇ ਹਾਂ, ਸਾਡੀ ਇੰਟੈਂਸ਼ਨ ਨਹੀਂ ਹੁੰਦੀ ਕਿ ਅਸੀਂ ਉਹਦਾ ਮਨ ਦਿਖਾਈਏ, ਬਟ ਸਾਡੇ ਬੋਲਾਂ ਦੇ ਕਾਰਨ ਕਈ ਵਾਰ ਉਹਨਾਂ ਦਾ ਮਨ ਦੁੱਖ ਜਾਂਦਾ ਹੈ, ਤਾਂ ਕੀ ਉਹ ਸਾਡੇ ਬੁਰੇ ਕਰਮਾਂ ਦਾ ਵਿੱਚ ਐਡ ਹੁੰਦੇ ਹੈ, ਕਿਉਂਕਿ ਕਿਤੇ ਨਾ ਕਿਤੇ ਅਸੀਂ ਉਹਨਾਂ ਦਾ ਮਨ ਦਿਖਾਇਆ ਹੁੰਦਾ? ਬੇਟਾ ਜੇ ਦਿਖਾਵਾਂਗੇ ਤਾਂ ਫਿਰ ਤਾਂ ਬੋਝ ਸਾਨੂੰ ਚੁੱਕਣਾ ਪਊਗਾ ਨਾ ਕਿਸੇ ਨੂੰ, ਆਪਾਂ ਕਾਹਨੂੰ ਦੁੱਖ ਪਹੁੰਚਾਉਣਾ ਹੈ ਬੇਟਾ? ਸੋਚ ਸਮਝ ਕੇ ਬੋਲੀਏ। ਔਰ ਜ਼ਿਆਦਾ ਤੌਰ ਬੱਚੇ ਸਭ ਤੋਂ ਜ਼ਿਆਦਾ ਦੁੱਖ ਆਪਣਾ ਦਿਲ ਦੁਖਾਉਂਦੇ ਆਪਣੀਆਂ ਮਾਵਾਂ ਦਾ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਮਾਂ ਨੇ ਕੁਛ ਬੋਲਣਾ ਨਹੀਂ, ਆਪਾਂ ਬਹੁਤ ਕੁਛ ਕਹਿ ਜਾਂਦੇ ਹਾਂ ਬਗੈਰ ਸੋਚੇ ਸਮਝੇ ਬੇਟਾ। ਸੋ ਇਸ ਕਰਕੇ ਬੇਟਾ ਹੁਣ ਅੱਗੇ ਜਾ ਕੇ ਸਾਨੂੰ ਵੀ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪਊਗਾ ਬੇਟਾ, ਦੁਨੀਆ ਗੋਲ ਹੈ। ਬਾਬਾ ਜੀ, ਕਾਫੀ ਟਾਈਮ ਤੋਂ ਮੇਰੇ ਨਾਲ ਫੋਰਨ ਦੀ ਸਟੱਡੀ ਦਾ ਇੱਕ ਕਾਫੀ ਪ੍ਰੋਬਲਮ ਆ ਰਹੀ ਸੀ ਫੋਰਨ ਦੀ ਸਟੱਡੀਜ਼ 'ਚ, ਅਤੇ ਉਸ ਕਾਰਨ ਮੈਂ ਕਾਫੀ ਸਟ੍ਰੈਸ ਵਿੱਚ ਵੀ ਰਹਿੰਦਾ ਸੀ, ਅਤੇ ਉਸ ਸਟ੍ਰੈਸ ਦੇ ਚੱਕਰ 'ਚ ਮੈਂ ਕਾਫੀ ਵਾਰ ਨਾ ਆਪਣੇ ਘਰਦਿਆਂ ਨਾਲ ਥੋੜ੍ਹਾ ਉੱਚਾ ਨੀਵਾਂ ਬੋਲ ਜਾਂਦਾ ਸੀ, ਗੁੱਸੇ 'ਚ ਹੀ ਰਹਿੰਦਾ ਸੀ, ਜਿਸ ਕਾਰਨ ਉਹਨਾਂ ਦਾ ਕਾਫੀ ਵਾਰ ਮਨ ਦੁੱਖ ਗਿਆ, ਅਤੇ ਮੈਂ ਕਿਸ ਤਰ੍ਹਾਂ ਇਸ ਚੀਜ਼ ਨੂੰ ਕੰਟਰੋਲ ਕਰਾਂ? ਹੁਣ ਬੇਟਾ ਉਹਨਾਂ ਦੀ ਗਲਤੀ ਤਾਂ ਨਹੀਂ, ਠੀਕ ਹੈ, ਗਲਤੀ ਤਾਂ ਆਪਣੀ ਹੈ ਨਾ। ਹੁਣ ਜੇ ਨਾਲੇ ਵਕਤ ਜਿਵੇਂ ਵਕਤ ਚੱਲ ਰਿਹਾ ਹੈਗਾ, ਆਪਾਂ ਨੂੰ ਤਾਂ ਹੋਰ ਪਿਆਰ ਦੇ ਨਾਲ ਉਹਨਾਂ ਨਾਲ ਵਰਤਾਵ ਕਰਨਾ ਚਾਹੀਦਾ ਬੇਟਾ। ਹੁਣ ਜੋ ਹੋ ਗਿਆ ਹੋ ਗਿਆ, ਅੱਗੇ ਤੋਂ ਤੁਸੀਂ ਸੋਚ ਸਮਝ ਕੇ ਚੱਲੋ ਬੇਟਾ। ਬੇਟਾ ਮਾਂ ਬਾਪ ਦੀ ਕਦਰ ਕਰਨੀ ਚਾਹੀਦੀ ਹੈ, ਠੀਕ ਹੈ ਨਾ। ਮਾਲਕ ਤੋਂ ਬਾਅਦ ਸਭ ਤੋਂ ਉੱਚਾ ਦਰਜਾ ਮਾਂ ਬਾਪ ਦਾ ਹੈ ਬੇਟਾ। ਹੁਣ ਜੇ ਆਪਾਂ ਉਹਨਾਂ ਦੀ ਕਦਰ ਨਹੀਂ ਕਰਾਂਗੇ, ਆਪਾਂ ਪਿਆਰ ਕਰਨਾ ਕਿੱਥੋਂ ਸਿੱਖਾਂਗੇ ਬੇਟਾ? ਆਪਣਿਆਂ ਨੂੰ ਪਿਆਰ ਨਹੀਂ ਕਰ ਸਕੇ ਤਾਂ ਦੂਜੇ ਨੂੰ ਕਿੱਥੋਂ ਪਿਆਰ ਕਰ ਲਾਂਗੇ? ਬਾਬਾ ਜੀ ਮਿਹਰ ਬਣਾਈ ਰੱਖਣਾ ਅਤੇ ਨਾਮਦਾਨ ਦੀ ਬਖਸ਼ਿਸ਼ ਜ਼ਰੂਰ ਕਰਨਾ। ਬਾਬਾ ਜੀ, ਲਾਈਫ 'ਚ ਕੁਛ ਗਲਤੀਆਂ ਦੀ ਵਜ੍ਹਾ ਨਾਲ ਮੈਨੂੰ ਅਤੇ ਮੇਰੇ ਪੇਰੈਂਟਸ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਦਾ ਫੇਸ ਕਰਨਾ ਪੈ ਰਿਹਾ। ਡਾਇਵੋਰਸ ਦੇ ਪ੍ਰੋਸੈਸ 'ਚੋਂ ਅੰਡਰਗੋ ਹੋਣਾ ਪਿਆ, ਬਟ ਹੁਣ ਉਹ ਪੋਟੈਂਸ਼ੀਅਲ ਲੋ ਹੋ ਰਿਹਾ ਕਿ ਸਭ ਕੁਛ ਸਹਿਣਾ ਬਹੁਤ ਔਖਾ ਹੋ ਰਿਹਾ। ਸੋ ਉਹਦੇ ਲਈ ਪਲੀਜ਼ ਥੋੜ੍ਹੀ ਦਇਆ ਕਰੋ ਤਾਂ ਕਿ ਮੈਂ ਸਮੂਥਲੀ ਇਹਨਾਂ ਚੀਜ਼ਾਂ 'ਚੋਂ ਨਿਕਲ ਸਕਾਂ। ਬੇਟਾ ਦੇਖੋ, ਆਪਾਂ ਜ਼ਿੰਦਗੀ ਵਿੱਚ ਨਾ ਚੰਗਾ ਬੁਰਾ ਆਪਾਂ ਬਣਾ ਲਿਆ, ਠੀਕ ਹੈ। ਹੁਣ ਹਰੇਕ ਜਾਣਾ ਆਪਣੀ ਕਿਸਮਤ ਲੈ ਕੇ ਆਇਆ, ਉਸ ਕਿਸਮਤ 'ਚ ਆਪਾਂ ਜਾਣਾ ਹੀ ਜਾਣਾ ਹੈਗਾ। ਆਪਾਂ ਸੋਚਦੇ ਹਾਂ ਕਿ ਜੋ ਆਪਾਂ ਠੀਕ ਸਮਝਦੇ ਹਾਂ, ਸਾਰੀ ਦੁਨੀਆ ਉਸ ਤਰ੍ਹਾਂ ਹੋਣੀ ਚਾਹੀਦੀ ਹੈ ਜਾਂ ਉਸ ਤਰ੍ਹਾਂ ਕੰਮਕਾਜ ਹੋਣਾ ਚਾਹੀਦਾ, ਹੋ ਨਹੀਂ ਸਕਦਾ ਬੇਟਾ। ਕਈ ਵਾਰੀ ਹੋਊਗਾ, ਕਈ ਵਾਰੀ ਨਹੀਂ ਹੋਊਗਾ, ਆਪਾਂ ਉਹਦੇ ਭਾਣੇ 'ਚ ਰਹਿਣਾ। ਜੋ ਤਿਸ ਭਾਵੇ ਨਾਨਕਾ, ਸਾਈ ਗੱਲ ਚੰਗੀ, ਠੀਕ ਹੈ ਨਾ। ਆਪਣੇ ਵੱਲੋਂ ਠੀਕ ਹੈ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਡੋਰਮੈਟ ਬਣ ਜਾਓ ਔਰ ਹਰੇਕ ਨੂੰ ਫਾਇਦਾ ਉਠਾਉਣ ਦਿਓ। ਆਪਣੇ ਵੱਲੋਂ ਮਿਹਨਤ ਕਰੋ, ਮਗਰ ਅੱਗੇ ਜੋ ਮਾਲਕ ਦੀ ਮੌਜ ਹੈ, ਆਪਣਾ ਅਸੀਂ ਆਪਣਾ ਦੁੱਖ ਸੁੱਖ ਨਹੀਂ ਇਹਨਾਂ ਚੀਜ਼ਾਂ ਦੇ ਨਾਲ ਜੋੜਨਾ। ਕਿਸੇ ਨੂੰ ਵੀ ਹੱਕ ਨਹੀਂ ਦੇਣਾ ਕਿ ਤੁਹਾਡੀ ਖੁਸ਼ੀ ਲੈ ਸਕੇ, ਠੀਕ ਹੈ। ਸੋ ਆਪਣਾ ਲਕਸ਼ ਸਾਹਮਣੇ ਰੱਖੋ, ਮਾਲਕ ਦੀ ਭਗਤੀ ਵਿੱਚ ਲੱਗੋ। ਦੁਨਿਆਵੀ ਚੀਜ਼ਾਂ 'ਚ ਠੀਕ ਹੋ ਜਾਂਦਾ ਨਹੀਂ ਹੁੰਦਾ, ਆਪਾਂ ਕੀ ਲੈਣਾ ਬੇਟਾ? ਆਪਣੇ ਵੱਲੋਂ ਮਿਹਨਤ ਕਰੋ, ਹੋ ਗਿਆ ਠੀਕ ਹੈ, ਨਹੀਂ ਹੋਇਆ ਆਪਾਂ ਕੀ ਲੈਣਾ ਬੇਟਾ? ਬਾਬਾ ਜੀ, ਬੇਨਤੀ ਆ ਕਿ ਭੰਡਾਰਿਆਂ ਵਾਲੀ ਰੌਣਕ ਤੇਰੇ 'ਚ ਫਿਰ ਵਾਪਸ ਲਿਆਓ। ਬਾਬਾ ਜੀ, ਭਜਨ ਸਿਮਰਨ 'ਤੇ ਬੈਠੇ ਅਲੱਗ ਅਲੱਗ ਚਿਹਰੇ ਅੱਗੇ ਆਉਂਦੇ ਰਹਿੰਦੇ ਆ, ਬੜੀ ਕੋਸ਼ਿਸ਼ ਕੀਤੀ ਕਿ ਉਹ ਹਟ ਜਾਣ, ਪਿੱਛਾ ਨਹੀਂ ਛੱਡਦੇ ਪਏ। ਬੇਟਾ ਇਹ ਪੁਰਾਣੇ ਪ੍ਰਭਾਵ ਹੈ ਜੋ ਮਨ ਦੇ ਉੱਤੇ ਪਏ ਹੋਏ ਹਨ, ਹੁਣ ਸਿਮਰਨ ਕਰਾਂਗੇ ਤਾਂ ਹਟਣਗੇ ਬੇਟਾ। ਹੁਣ ਅਸੀਂ ਉਸ ਵਕਤ ਬਜਾਏ ਦੀ ਕਿ ਸਿਮਰਨ ਦੇ ਉੱਤੇ ਧਿਆਨ ਰੱਖੀਏ, ਆਪਾਂ ਉਹਨਾਂ ਦੀ ਪਰਖ ਕਰਨੀ ਸ਼ੁਰੂ ਕਰ ਦਿੰਦੇ ਹਾਂ, ਇਸ ਕਰਕੇ ਉਨੀ ਤਾਕਤ ਫੜ ਕੇ ਵਾਪਸ ਸਮਾ ਜਾਂਦੇ ਆ। ਸਿਮਰਨ ਦਾ ਮਕਸਦ ਹੀ ਇਹ ਹੈ ਬੇਟਾ ਕਿ ਆਪਾਂ ਉਹਦੇ ਜ਼ਰੀਏ ਇਹਨਾਂ ਸਭ ਚੀਜ਼ਾਂ ਨੂੰ ਸਾਫ਼ ਕਰੀਏ ਬੇਟਾ। ਦੂਸਰਾ ਸਵਾਲ ਜੀ, ਜ਼ਿੰਦਗੀ ਦੀ
ਆਖਰੀ ਇੱਛਾ ਹੈ ਕਿ ਸੇਵਾ ਕਰਦੀ ਆਖਰੀ ਸਵਾਸ ਪੂਰਾ ਹੋਵੇ। ਬਾਬਾ ਜੀ ਭਜਨ ਸਿਮਰਨ ਚ ਮਨ ਨਹੀਂ ਟਿਕਦਾ, ਚਲਦੇ ਫਿਰਦੇ ਰਹੀਏ ਤਾਂ ਸਿਮਰਨ ਚਲਦਾ ਰਹਿੰਦਾ, ਝੌਂਕੜੀ ਨਹੀਂ ਵੱਜਦੀ। ਨਹੀਂ ਬੇਟਾ, ਜਿੰਨਾ ਚਿਰ ਆਪਾਂ ਬਹਿ ਕੇ ਨਹੀਂ ਕਰਾਂਗੇ ਹੁਣ ਚਲਦੇ ਫਿਰਦੇ ਤਾਂ ਕੰਮ ਨਹੀਂ ਹੁੰਦਾ। ਤੁਸੀਂ ਕਹਿ ਸਕਦੇ ਹੋ ਕਿ ਮੈਂ ਚਲਦੇ ਫਿਰਦੇ ਰੋਟੀ ਬਣਾ ਲੂੰਗੀ, ਜਾਂ ਬੱਚਾ ਕਹਿ ਸਕਦਾ ਮੈਂ ਚਲਦੇ ਫਿਰਦੇ ਪੜ੍ਹਾਈ ਕਰ ਲੂੰਗਾ। ਸੋ ਜਿੰਨਾ ਚਿਰ ਆਪਾਂ ਬੈਠ ਕੇ ਧਿਆਨ ਦੇ ਕੇ ਆਪਾਂ ਵਕਤ ਕੱਢ ਕੇ ਨਹੀਂ ਦੇਵਾਂਗੇ ਬੇਟਾ, ਐਂ ਨਹੀਂ ਆਪਣਾ ਕੰਮ ਬਣਨ ਲੱਗਿਆ। ਬਾਬਾ ਜੀ 12 ਸਾਲ ਹੋ ਗਏ ਮੈਰਿਜ ਨੂੰ, ਮੈਂ ਵੀ ਚਾਹੁੰਦੀ ਕਿ ਮੈਂ ਵੀ ਆਪਣਾ ਬੱਚਾ ਨਾਲ ਲੈ ਕੇ ਆਵਾਂ। ਬੇਟਾ ਆਪਾਂ ਮਾਲਕ ਦੇ ਭਾਣੇ ਵਿੱਚ ਰਹਿਣਾ ਹੈਗਾ, ਆਪਾਂ ਆਪਣੀਆਂ ਮੰਗਾਂ ਅੱਗੇ ਰੱਖ ਲੈਂਦੇ ਹਾਂ, ਸਾਨੂੰ ਤਾਂ ਪਤਾ ਹੀ ਨਹੀਂ ਸਾਡੇ ਵਾਸਤੇ ਚੰਗਾ ਕੀ ਹੈ ਮਾੜਾ ਕੀ ਹੈ। ਸੋ ਆਪਾਂ ਨਹੀਂ ਮੰਗਣਾ ਕੁਛ ਉਹਦੇ ਸਾਹਮਣੇ, ਜੋ ਤੇ ਸੁਭਾਵੇ ਨਾਨਕਾ ਸਾਈ ਗੱਲ ਚੰਗੀ। ਬਾਬਾ ਜੀ ਦਇਆ ਮੇਰ ਭਰੇ ਹੱਥ ਰੱਖਣ। ਬਾਬਾ ਜੀ ਜਦੋਂ ਭਜਨ ਸਿਮਰਨ ਦੀ ਤਿਆਰੀ ਵਿੱਚ ਬੈਠਦੇ ਹਾਂ, ਅਸੀਂ ਸਿਮਰਨ 'ਤੇ ਬੈਠ ਗਏ, ਉਸ ਤੋਂ 40-45 ਮਿੰਟ ਬੈਠੇ ਜਾਂ ਘੰਟਾ, ਉਸ ਤੋਂ ਅੱਗੇ ਸਿਮਰਨ 'ਤੇ ਭਜਨ 'ਤੇ ਨਹੀਂ ਜੀ ਕਰਦਾ। ਉੱਥੋਂ 5 ਮਿੰਟ ਬਾਅਦ ਇੱਥੇ ਚੌਥਾ ਹਿੱਸਾ ਲਾਉਣਾ, ਬਾਬਾ ਜੀ ਉੱਥੇ ਅੱਗੇ ਜਾ ਕੇ ਨਹੀਂ ਮਨ ਟਿਕਾਓ 'ਚ ਆਉਂਦਾ ਜੀ। ਬੇਟਾ ਆਪਾਂ ਕਿਸੇ ਚੀਜ਼ ਦੀ ਤਿਆਰੀ ਕਰ ਲਈ, ਉਹਨੂੰ ਪੂਰਾ ਨਹੀਂ ਕੀਤਾ ਤਾਂ ਫਿਰ ਗੱਲ ਤਾਂ ਉੱਥੇ ਦੀ ਉੱਥੇ ਰਹਿ ਗਈ ਨਾ। ਹੁਣ ਬੀਬੀ ਆਪਣੀ ਦਾਲ ਸਬਜ਼ੀ ਬਣਾਉਣੀ ਹੈ, ਸਬਜ਼ੀ ਨੂੰ ਕੱਟ ਵੀ ਲਿਆ, ਸਾਫ਼ ਵੀ ਕਰ ਲਿਆ, ਸਾਰਾ ਕੁਛ ਕਰ ਲਿਆ, ਬਣਾ ਵੀ ਲਿਆ, ਰੋਟੀ ਨਹੀਂ ਖਾਧੀ, ਤਾਂ ਮਕਸਦ ਕੀ ਸੀ? ਮਕਸਦ ਤਾਂ ਭਜਨ ਹੈ ਨਾ ਬੇਟਾ। ਜਿੰਨਾ ਚਿਰ ਸ਼ਬਦ ਦੇ ਨਾਲ ਨਹੀਂ ਜੁੜਾਂਗੇ, ਆਪਣਾ ਸਿਮਰਨ ਤਾਂ ਸਿਰਫ ਤਿਆਰੀ ਹੈ ਉਸ ਚੀਜ਼ ਦੀ, ਤਿਆਰੀ ਕਰਦੇ ਰਹੇ ਤਿਆਰੀ ਕਰਦੇ ਰਹੇ। ਹੁਣ ਖਿਡਾਰੀ ਨੇ ਖੇਡ ਖੇਡਣਾ, ਔਰ ਉਹ ਖੇਡ ਚੰਗੀ ਤਰ੍ਹਾਂ ਖੇਡਣ ਵਾਸਤੇ ਉਹਨੂੰ ਸਟੈਮਿਨਾ ਚਾਹੀਦੀ ਹੈ, ਇਸ ਕਰਕੇ ਕਸਰਤ ਕਰਦਾ। ਮਗਰ ਕਸਰਤ ਕਰਦਾ ਕਰਦਾ ਇੰਨਾ ਥੱਕ ਜਾਂਦਾ ਕਿ ਖੇਡ ਨਹੀਂ ਖੇਡ ਸਕਦਾ, ਤਾਂ ਮਕਸਦ ਕੀ ਸੀ ਬੇਟਾ? ਮਕਸਦ ਦਾ ਯਾਦ ਰੱਖੀਏ ਨਾ, ਭਜਨ ਦੇ ਉੱਤੇ ਤਾਂ ਜ਼ਰੂਰ ਬੈਠਣਾ ਬੇਟਾ। ਬਾਬਾ ਜੀ ਦੂਸਰਾ ਸਵਾਲ ਇਹ ਹੈ, ਅਸੀਂ ਸੇਵਾ 'ਤੇ ਸਾਰੀ ਫੈਮਿਲੀ ਹੀ ਜਾਂਦੇ ਹਾਂ ਆਉਂਦੇ ਹਾਂ, ਗੁਰੂ ਘਰ ਇੱਥੇ ਡੇਰੇ ਆਉਂਦੇ ਹਾਂ, ਪਰ ਇੱਕ ਦੋ ਬੱਚੇ ਐਸੇ ਉਹ ਨਾਲ, ਇੱਕ ਤਾਂ ਮੇਰੇ ਨਾਲ ਬੇਟਾ ਨਾਲ ਹੀ ਬੈਠਾ ਇੱਥੇ ਜੀ, ਉਹ ਵੀ ਜ਼ਿੱਦ ਕਰਦਾ ਜੀ ਜ਼ਿਆਦਾ। ਬੱਚੇ ਮਾਂ ਬਾਪ ਨਾਲ ਨਹੀਂ ਜ਼ਿੱਦ ਕਰਨਗੇ ਤਾਂ ਬਗਾਨੇ ਨਾਲ ਥੋੜ੍ਹੀ ਜ਼ਿੱਦ ਕਰਨਗੇ ਬੇਟਾ। ਹਾਂ, ਜਿਹੜੀ ਗੱਲ ਕੈਚ ਕਰ ਲਵੇ ਉਹਨੂੰ ਕੈਚ ਹੀ ਕਰੀ ਰੱਖ। ਉਹ ਬੇਟਾ ਉਮਰ ਦਾ ਤਕਾਜ਼ਾ ਹੁੰਦਾ, ਇਸ ਉਮਰ ਵਿੱਚ ਠੀਕ ਹੈ ਬੱਚੇ ਉਹ ਇਸ ਤਰ੍ਹਾਂ ਹੀ ਕਰਦੇ ਆ, ਮਗਰ ਮਾਂ ਬਾਪ ਨੇ ਵੀ ਆਪਣਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਬੇਟਾ, ਗਿਲੇ ਸ਼ਿਕਵੇ ਨਹੀਂ ਕਰਨੇ। ਬਾਬਾ ਜੀ ਘਰ ਪਰਿਵਾਰ 'ਤੇ ਦਇਆ ਮਿਹਰ ਬਖਸ਼ਿਸ਼ ਬਣਾਈ ਰੱਖਣਾ, ਉਹ ਸੇਵਾ ਦੇ ਚਰਨਾਂ ਵਿੱਚ ਲਾਈ ਰੱਖਣਾ। ਰਾਮ ਰਾਮ। ਬਾਬਾ ਜੀ ਮਨ ਦਾ ਅਤੇ ਆਤਮਾ ਦਾ ਕੀ ਰਿਲੇਸ਼ਨ ਹੁੰਦਾ? ਜਿਹੜੀ ਗਲਤੀ ਮਨ ਕਰਦਾ ਉਹ ਆਤਮਾ ਨੂੰ ਵਾਰ ਵਾਰ ਕਿਉਂ ਆਉਣਾ ਪੈਂਦਾ? ਬੇਟਾ ਜੋ ਆਪਣੀ ਆਤਮਾ ਹੈ ਨਾ, ਉਹ ਅਸਲ ਦਾ ਹਿੱਸਾ ਹੈ ਬੇਟਾ, ਮਨ ਦੇ ਜ਼ਰੀਏ ਕੰਮ ਕਰਦੀ ਹੈ। ਹੁਣ ਮਨ ਵਿਗੜ ਗਿਆ, ਮਨ ਪ੍ਰਭਾਵਿਤ ਹੋ ਜਾਂਦਾ ਬੇਟਾ, ਪ੍ਰਭਾਵਿਤ ਹੋ ਕੇ ਆਪਣੇ ਅਸਲ ਨੂੰ ਭੁੱਲ ਜਾਂਦਾ, ਇਸ ਕਰਕੇ ਸਾਨੂੰ ਇਹ ਸਾਰਾ ਕੁਛ ਭੁਗਤਣਾ ਪੈਂਦਾ। ਸੋ ਮਨ ਦੀ ਬਾਗਡੋਰ ਤੁਹਾਡੇ ਹੱਥ ਵਿੱਚ ਹੋਊਗੀ ਤਾਂ ਇਸ ਤੋਂ ਵੱਡਾ ਦੋਸਤ ਨਹੀਂ ਹੋ ਸਕਦਾ, ਮਨ ਬਾਗੀ ਹੋ ਗਿਆ ਤਾਂ ਇਸ ਤੋਂ ਵੱਡਾ ਦੁਸ਼ਮਣ ਵੀ ਨਹੀਂ ਹੋ ਸਕਦਾ। ਭਜਨ ਸਿਮਰਨ ਦਾ ਲਕਸ਼ ਇਹੀ ਹੈ ਕਿ ਮਨ ਨੂੰ ਕਾਬੂ ਕਰਕੇ ਮਾਲਕ ਦੇ ਚਰਨਾਂ ਵਿੱਚ ਜੋੜੀਏ ਬੇਟਾ। ਜੇ ਮਨ ਬਾਗੀ ਹੈ ਤਾਂ ਬੇਟਾ ਸਾਰੀ ਉਮਰ ਉਹਦੀ ਚਾਕਰੀ ਕਰਾਂਗੇ, ਜੇ ਖੁਦ ਮੁਖਤਿਆਰ ਹੋਣਾ ਹੈ ਤਾਂ ਬਾਗਡੋਰ ਸਾਨੂੰ ਆਪਣੇ ਹੱਥ ਵਿੱਚ ਰੱਖਣੀ ਚਾਹੀਦੀ ਹੈ। ਨਾਮਦਾਨ ਦੀ ਬਖਸ਼ਿਸ਼ ਕਰਿਓ ਬਾਬਾ ਜੀ, ਤੁਸੀਂ ਬਹੁਤ ਵਧੀਆ ਫੈਮਿਲੀ ਦਿੱਤੀ। ਬਾਬਾ ਜੀ ਬਹੁਤ ਅੱਛਾ ਘਰ ਪਰਿਵਾਰ ਦਿੱਤਾ, ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ, ਤੁਹਾਡਾ ਕੋਟ ਕੋਟ ਧੰਨਵਾਦ ਕਰਦੀ ਹਾਂ। ਬਾਬਾ ਜੀ ਭਜਨ 'ਤੇ ਬਹਿੰਦੀ ਹਾਂ, ਤੁਹਾਡਾ ਸਰੂਪ ਕਿਸੇ ਵੇਲੇ ਤਾਂ ਅੱਖਾਂ ਅੱਗੇ ਆਉਂਦਾ, ਬੜਾ ਮਨ ਲੱਗਦਾ, ਕਿਸੇ ਵੇਲੇ ਬਹੁਤ ਕੋਸ਼ਿਸ਼ ਕਰਦੀ ਹਾਂ ਸਰੂਪ ਟਿਕਦਾ ਨਹੀਂ। ਬੇਟਾ ਧਿਆਨ ਆਪਣੇ ਵਾਸਤੇ ਗੱਲ ਨਹੀਂ ਗੀ, ਚੱਲਦੇ ਪਾਣੀ ਵਿੱਚ ਆਪਾਂ ਆਪਣੀ ਸ਼ਕਲ ਨਹੀਂ ਦੇਖ ਸਕਦੇ, ਜਿੰਨਾ ਚਿਰ ਪੂਰੀ ਤਰ੍ਹਾਂ ਪਾਣੀ ਸਥਿਰ ਨਹੀਂ ਹੋਊਗਾ ਸ਼ਕਲ ਨਹੀਂ ਦਿਖਾਈ ਦਿੰਦੀ ਬੇਟਾ। ਉਸੇ ਤਰ੍ਹਾਂ ਜਿੰਨਾ ਚਿਰ ਮਨ ਵਿੱਚ ਉਤਾਵਲਾ ਪਾਣਾ ਕਿੱਥੋਂ ਧਿਆਨ ਆਊਗਾ ਬੇਟਾ। ਸੋ ਇਸ ਕਰਕੇ ਆਪਾਂ ਤਾਂ ਸਿਰਫ ਸਿਮਰਨ ਕਰ ਸਕਦੇ ਹਾਂ, ਜਦੋਂ ਸਿਮਰਨ ਦੇ ਨਾਲ ਮਨ ਵਿੱਚ ਸਥਿਰਤਾ ਆਊਗੀ ਧਿਆਨ ਆਪਣੇ ਆਪ ਆਊਗਾ, ਸਾਡੇ ਵਾਸਤੇ ਦੀ ਗੱਲ ਨਹੀਂ ਗੀ। ਬਾਬਾ ਜੀ ਮੇਰਾ ਫਸਟ ਕੁਸਚਨ ਇਹ ਹੈ ਵੀ ਜਿਵੇਂ ਬਾਬਾ ਬੁੱਢਾ ਜੀ ਨੇ ਕਿਹਾ ਸੀ ਵੀ ਵੱਡੀਆਂ ਲੱਕੜਾਂ ਨੂੰ ਬਾਅਦ 'ਚੋਂ ਅੱਗ ਲੱਗਦੀ ਹੈ, ਛੋਟੀਆਂ ਲੱਕੜਾਂ ਨੂੰ ਪਹਿਲੇ ਲੱਗਦੀ ਹੈ, ਬਾਬਾ ਜੀ ਫਿਰ ਤੁਸੀਂ ਸਾਨੂੰ ਛੋਟੀ ਉਮਰ ਤੋਂ ਇਨਾਮ ਦੀ ਬਖਸ਼ਿਸ਼ ਕਿਉਂ ਨਹੀਂ ਕਰਦੇ? ਬੇਟਾ ਸਮਝਣ ਦੀ ਗੱਲ ਹੈ, ਕਦਰ ਕਰਨ ਦੀ ਗੱਲ ਹੈ ਬੇਟਾ, ਇੱਕ ਉਮਰ ਹੁੰਦੀ ਹੈ, ਹਰੇਕ ਚੀਜ਼ ਦੀ ਇੱਕ ਉਮਰ ਹੁੰਦੀ ਹੈ,
ਉਮਰ ਵਿੱਚ ਪਹੁੰਚ ਕੇ ਸਾਨੂੰ ਉਹਦੀ ਕਦਰ ਪਊਗੀ, ਨਹੀਂ ਤਾਂ ਆਪਾਂ ਨੂੰ ਕਦਰ ਨਹੀਂ ਪੈਂਦੀ। ਹੁਣ ਛੋਟਾ ਬੱਚਾ ਹੈ, ਆਪਾਂ ਉਹਨੂੰ ਗੱਡੀ ਦੀਆਂ ਚਾਬੀਆਂ ਬਿਠਾ ਦੇਵਾਂਗੇ ਹੱਥ ਵਿੱਚ, ਹੈਂ ਨਹੀਂ ਫਿਰ ਬੇਟਾ ਉਮਰ ਦੀ ਗੱਲ ਹੈ। ਅਤੇ ਬਾਬਾ ਜੀ ਇੱਕ ਹੋਰ ਕੁਸ਼ਚਨ ਹੈ, ਜਿਵੇਂ ਵੇਖੋ ਤੁਸੀਂ ਫਸਟ ਕੁਸ਼ਚਨ ਜੀ ਕਿਹਾ ਸੀ ਵੀ ਆਪਣਾ ਮਨ ਜਿਸ ਪਾਸੇ ਇੱਕ ਵਾਰੀ ਲੱਗ ਜਾਂਦਾ ਹੈ ਫਿਰ ਉਸ ਨੂੰ ਹਟਾਉਣਾ ਮੁਸ਼ਕਿਲ ਹੈ, ਅਤੇ ਫਿਰ ਬਾਬਾ ਜੀ ਤੁਸੀਂ ਵੀ ਸਾਨੂੰ 18 ਸਾਲ ਦੀ ਉਮਰ ਤੋਂ ਕਿਉਂ ਨਹੀਂ ਨਾਮ ਦੇਣਾ ਸ਼ੁਰੂ ਕਰ ਦਿੰਦੇ? ਮੈਂ ਸੋਚਦਾ ਕਿ 3 ਸਾਲ ਤੁਹਾਨੂੰ ਹੋਰ ਮੈਂ ਦੇ ਦਿਆਂ ਸੋਚਣ ਵਾਸਤੇ ਕਿ ਇਸ ਰਸਤੇ 'ਤੇ ਚੱਲਣਾ ਕਿ ਨਹੀਂ ਚੱਲਣਾ। ਚੱਲਣਾ ਜ਼ਰੂਰ ਚੱਲਣਾ, ਕਿਉਂ ਨਹੀਂ ਚੱਲਣਾ? ਉਹ ਬਥੇਰੇ ਕਹਿੰਦੇ ਹੈਗੇ ਅੱਜ ਇਹਨਾਂ ਨੂੰ ਨਾਮ ਮਿਲ ਗਿਆ, ਇਹਨਾਂ ਤੋਂ ਚੱਲਣਾ ਮੁਸ਼ਕਿਲ ਹੋਇਆ ਪਿਆ, ਤਾਂ ਤੁਹਾਨੂੰ ਮੈਂ ਕੀ ਕਹਾਂ, ਨਿਭਾ ਰਹੇ ਆ ਸਾਰੇ, ਹੈਂ ਬਹਿੰਦੇ ਆ ਭਜਨ ਸਿਮਰਨ 'ਤੇ? ਬੈਠਦੇ ਆ, ਹੈਂ ਬੈਠਦੇ ਆ। ਕਿਹੜਾ ਬੈਠਦਾ ਦੱਸ ਮੈਨੂੰ, 2.5 ਘੰਟੇ ਪੁੱਛ ਲੈ ਇਹਨਾਂ ਨੂੰ, ਕਹਿ ਹੱਥ ਉੱਤੇ ਕਰ ਦਿਓ ਜਿਹੜੇ ਬਹਿੰਦੇ ਆ, ਹੈਂ ਬੇਟਾ। ਉਹੀ ਕਦਰ ਦੀ ਗੱਲ ਆ ਜਾਂਦੀ ਹੈ ਬੇਟਾ, ਜਵਾਨੀ ਵਿੱਚ ਨਾ ਆਪਾਂ ਪ੍ਰਭਾਵਿਤ ਹੋ ਜਾਂਦੇ ਹਾਂ, ਭਾਵੇਂ ਮਾਂ ਬਾਪ ਦਾ ਪ੍ਰਭਾਵ ਹੋਵੇ, ਦੂਜਿਆਂ ਦਾ ਪ੍ਰਭਾਵ ਹੋਵੇ, ਮਕਸਦ ਇਹ ਹੈ ਕਿ ਸੋਚ ਸਮਝ ਕੇ ਕਦਮ ਚੁੱਕੀਏ, ਸਿਰਫ ਪ੍ਰਭਾਵ ਦੇ ਨੀਚੇ ਆ ਕੇ ਨਹੀਂ ਕਦਮ ਚੁੱਕਣਾ। ਜੇ ਸੋਚ ਸਮਝ ਕੇ ਕਦਮ ਚੁੱਕਾਂਗੇ ਤਾਂ ਬੇਟਾ ਨਿਭਾ ਪਾਵਾਂਗੇ, ਪ੍ਰਭਾਵ ਦੇ ਨੀਚੇ ਆ ਕੇ ਕਦਮ ਚੁੱਕਾਂਗੇ ਅੱਗੇ ਜਾ ਕੇ ਫਿਰ ਆਦਮੀ ਸੋਚਦਾ ਪਤਾ ਨਹੀਂ ਮੈਨੂੰ ਲੈਣਾ ਚਾਹੀਦਾ ਸੀ, ਨਹੀਂ ਲੈਣਾ ਚਾਹੀਦਾ ਸੀ। ਇਸ ਕਰਕੇ ਬਿਹਤਰ ਇਹੀ ਹੈ ਕਿ ਚੰਗੀ ਤਰ੍ਹਾਂ ਸੋਚ ਸਮਝ ਕੇ ਕਦਮ ਚੁੱਕੀਏ ਬੇਟਾ। ਥੈਂਕ ਯੂ ਬਾਬਾ ਜੀ ਸਾਹਿਬ ਤੇ ਦਇਆ ਮਿਹਰ ਬਣਾਈ ਰੱਖਣਾ। ਬਾਬਾ ਜੀ ਵੱਡੇ ਬਾਬਾ ਜੀ ਕਹਿੰਦੇ ਹੁੰਦੇ ਸੀ ਨਾ ਕਿ ਸਾਰਾ ਦਿਨ ਸੇਵਾ ਕਰਨ ਤੋਂ ਬਾਅਦ ਜੇ ਅਸੀਂ ਕਿਸੇ ਦੀ ਚੁਗਲੀ ਕਰਦੇ ਹਾਂ ਤਾਂ ਸਾਰਾ ਕੀਤਾ ਕਰਾਇਆ ਵੇਸਟ ਹੋ ਜਾਂਦਾ। ਬੇਟਾ ਵੇਸਟ ਕੁਛ ਨਹੀਂ ਜਾਂਦਾ, ਮਹਾਰਾਜ ਦਾ ਸਮਝਾਉਣ ਦਾ ਤਰੀਕਾ ਸੀਗਾ ਕਿ ਹਰੇਕ ਚੀਜ਼ ਨੂੰ ਆਪਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ, ਠੀਕ ਹੈ ਨਾ। ਆਪਾਂ ਉਸ ਚੀਜ਼ ਨੂੰ ਚੈਨਲਾਈਜ਼ ਕਰਾਂਗੇ, ਆਪਣੇ ਆਪ ਉਹਦੇ ਨਾਲ ਅੱਗੇ ਵਧਾਂਗੇ ਬੇਟਾ, ਠੀਕ ਹੈ ਨਾ। ਆਪਾਂ ਅੱਧ ਵਿਚਾਲੇ ਛੱਡ ਕੇ ਬਹਿ ਜਾਂਦੇ ਹਾਂ ਬੇਟਾ। ਬਾਬਾ ਜੀ ਸਿਮਰਨ ਕਰਨ ਸੱਚੀ ਬਹੁਤ ਜ਼ਿਆਦਾ ਮਨ ਕਰਦੇ ਬੇਟਾ, ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰਾਂਗੇ ਨਾ, ਹੌਲੀ ਹੌਲੀ ਵਧਾਉਣਾ ਹੈਗਾ, ਤੁਸੀਂ ਜਿੰਨਾ ਹੁੰਦਾ ਕਰੋ ਔਰ ਫਿਰ ਉਹਨੂੰ ਵਧਾਈ ਚੱਲੋ ਬੇਟਾ। ਬਾਬਾ ਜੀ ਭਜਨ ਸਿਮਰ ਕਰਨ ਨੂੰ ਬਹੁਤ ਦਿਲ ਕਰਦਾ ਪਰ ਇੱਕ ਦਿਨ ਹੀ ਬੈਠ ਹੁੰਦਾ, ਉਹ ਤੋਂ ਬਾਅਦ ਬੈਠ ਨਹੀਂ ਹੁੰਦਾ ਮੇਰੇ ਕੋਲ। ਨਹੀਂ ਬੇਟਾ ਹੁਣ ਕੋਸ਼ਿਸ਼, ਨਹੀਂ ਬੇਟਾ ਆਪਾਂ ਦਿਲ ਦੇ ਨਾਲ ਨਹੀਂ ਸਿਰਫ ਚੱਲਣਾ, ਆਪ ਮਿਲੂਗਾ ਆਪਣੀ ਕਰਨੀ ਤਾਂ ਮਿਲੂਗਾ ਬੇਟਾ। ਹੁਣ ਜਿੰਨਾ ਚਿਰ ਆਪਣੀ ਕਰਨੀ ਨਹੀਂ ਹੋਊਗੀ, ਹੁਣ ਦੇਖੋ ਸਾਡੇ ਵਾਸਤੇ ਕੋਈ ਰੋਟੀ ਤਾਂ ਨਹੀਂ ਖਾ ਸਕਦਾ, ਜਿੰਨਾ ਚਿਰ ਆਪਾਂ ਖੁਦ ਰੋਟੀ ਨਹੀਂ ਖਾਵਾਂਗੇ ਖੁਰਾਕ ਕਿਵੇਂ ਮਿਲੂਗੀ, ਆਪਣੀ ਰੋਜ਼ਮਰਾ ਜ਼ਿੰਦਗੀ ਕਿਵੇਂ ਅੱਗੇ ਵਧੂਗੀ ਬੇਟਾ। ਸੋ ਇਹ ਤਾਂ ਕੰਮ ਆਪਾਂ ਨੂੰ ਕਰਨਾ ਪਊਗਾ ਬੇਟਾ। ਸੋ ਤੁਸੀਂ ਭਾਵੇਂ ਥੋੜ੍ਹੇ ਤੋਂ ਸ਼ੁਰੂ ਕਰੋ ਮਗਰ ਬੈਠੋ ਜ਼ਰੂਰ, ਰੋਜ਼ ਆਦਤ ਪਾਓਗੇ ਫਿਰ ਉਹਨੂੰ ਵਧਾਈ ਚੱਲੋ, ਮਗਰ ਨਾਗਾ ਨਾ ਪਾਓ ਬੇਟਾ। ਹਾਂਜੀ ਬਾਬਾ ਜੀ ਕੋਸ਼ਿਸ਼ ਕਰਦੀ ਹਾਂ ਪਰ ਬੈਠ ਨਹੀਂ ਹੁੰਦਾ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਜੇ ਬੇਟਾ ਜੇ ਉਹ ਸਮਝਦਾ ਕਿ ਸਾਡੇ ਤੋਂ ਹੋਣਾ ਨਹੀਂ, ਉਹਨੇ ਕਾਹਨੂੰ ਸਾਨੂੰ ਨਾਮਦਾਨ ਦੇਣਾ ਸੀ ਬੇਟਾ। ਸੋਚ ਸਮਝ ਕੇ ਦਿੱਤਾ ਹੈਗਾ ਕਿ ਅਸੀਂ ਨਿਭਾ ਸਕਦੇ ਹਾਂ, ਹੁਣ ਆਪਾਂ ਹਿੰਮਤ ਰੱਖ ਕੇ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰਨੀ। ਠੀਕ ਹੈ ਬਾਬਾ ਜੀ, ਬੱਚਿਆਂ ਨੂੰ ਦਇਆ ਮਿਹਰ ਕਰਨਾ। ਰਾਸ ਹੋਏ ਬਾਬਾ ਜੀ। ਬਾਬਾ ਜੀ ਮੰਮੀ ਵੱਲੋਂ ਸੀਗੀ ਗੱਲ ਕਿ ਸਤਸੰਗ ਸੁਣਦੇ ਸੀਗੇ, ਆਉਂਦੇ ਆ ਸਤਸੰਗ ਘਰੇ ਵੀ, ਅਤੇ ਮੰਮੀ ਕਹਿੰਦੇ ਸੀ ਕਿ ਆਪਾਂ ਤਰਸ ਗਏ ਸੀਗੇ ਤੁਹਾਡੀ ਸਮਾਈਲ ਦੇਖਣ ਨੂੰ, ਤੁਹਾਨੂੰ ਹੱਸਦੇ ਦੇਖਣ ਨੂੰ, ਅਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਜਿਹੜਾ ਕੁਸ਼ਚਨ ਆਨਸਰ ਦਾ ਜਿਹੜਾ ਪ੍ਰੋਗਰਾਮ ਚਲਾਇਆ ਬਾਬਾ ਜੀ। ਬਾਬਾ ਜੀ ਫਸਟ ਕੁਸ਼ਚਨ ਇਹ ਹੈ ਕਿ ਮੇਰੇ ਫਾਦਰ ਸਾਹਿਬ ਨੇ ਤੁਹਾਨੂੰ ਤੁਸੀਂ ਨਾਮਦਾਨ ਦੀ ਬਖਸ਼ਿਸ਼ ਕੀਤੀ ਹੋਈ ਹੈ ਬਾਬਾ ਨੂੰ, ਪਰ ਕਾਫੀ ਟਾਈਮ ਪਹਿਲਾਂ ਉਹ ਡੇਰਾ ਆਉਣਾ ਉਹਨਾਂ ਨੇ ਬੰਦ ਕਰਤਾ, ਅਤੇ ਬਾਬਾ ਜੀ ਹੁਣ ਡਰਿੰਕ ਵੀ ਕਰਦੇ ਆ, ਆਪਾਂ ਨਹੀਂ ਕਹਿਣਾ ਬੇਟਾ, ਅਤੇ ਬਾਬਾ ਜੀ ਤੁਸੀਂ ਉਹਨਾਂ ਨੂੰ ਬਖਸ਼ ਕੇ ਦੁਬਾਰੇ ਬੁਲਾ ਲਓ ਬਾਬਾ ਜੀ। ਕੋਈ ਵਕਤ ਦੇ ਨਾਲ ਤੁਸੀਂ ਚੰਗੇ ਉਦਾਹਰਣ ਬਣੋਗੇ ਬੇਟਾ, ਘਰ ਦਾ ਮਾਹੌਲ ਚੰਗਾ ਬਣਾਓਗੇ। ਆਪਾਂ ਨੂੰ ਨਹੀਂ ਪਤਾ ਕਿ ਕੀ ਜ਼ਿੰਮੇਵਾਰੀ ਹੈ, ਕਿਉਂ ਉਹਨਾਂ ਦਾ ਮਨ ਡੋਲ ਗਿਆ, ਆਪਾਂ ਆਪਣੇ ਪਿਓ ਨੂੰ ਕੁਛ ਨਹੀਂ ਕਹਿਣਾ ਬੇਟਾ, ਠੀਕ ਹੈ ਨਾ। ਤੁਸੀਂ ਪੈਰਾਂ ਦੇ ਉੱਤੇ ਖੜ੍ਹੇ ਹੋ, ਤੁਸੀਂ ਚੰਗਾ ਉਦਾਹਰਣ ਬਣੋ, ਆਪਣੇ ਆਪ ਉਹਨਾਂ 'ਤੇ ਅਸਰ ਪਾਊਗਾ ਬੇਟਾ। ਠੀਕ ਹੈ ਬਾਬਾ ਜੀ। ਅਤੇ ਬਾਬਾ ਜੀ ਸੈਕਿੰਡ ਮੇਰਾ ਕੁਸ਼ਚਨ ਇਹ ਹੈ ਕਿ ਜਿੱਦਾਂ ਕਿ ਬਾਬਾ ਜੀ ਮੈਂ ਹੁਣ ਬਿਆਸ ਆਇਆ ਹੋਇਆ, ਅਤੇ ਕੋਈ ਟੈਨਸ਼ਨ ਨਹੀਂ ਹੈਗੀ, ਕੋਈ ਪਰਵਾਹ ਨਹੀਂ ਹੈਗੀ ਕਿਸੇ ਵੀ ਚੀਜ਼ ਦੀ, ਰੱਬ ਸਾਹਮਣੇ ਬੈਠਾ ਕੋਈ ਪਰਵਾਹ ਹੀ ਨਹੀਂ ਹੈਗੀ। ਜਦੋਂ ਵੀ ਬਾਬਾ ਜੀ ਵਾਪਸ ਜਾਈਦਾ ਨਾ ਘਰੇ, ਸਵਾਰਥ ਦੀ ਗੱਲ ਤਾਂ ਦੂਰ, ਪਰਮਾ ਦੋਨੇ ਸਵਾਰਥ ਪਰਮਾ ਦੋਨੇ ਚੀਜ਼ਾਂ ਦੀ ਟੈਨਸ਼ਨ ਰਹਿੰਦੀ ਹੈ ਬਾਬਾ ਜੀ, ਟੁੱਟ ਕੇ ਪੈਂਦੀਆਂ ਚੀਜ਼ਾਂ ਜਦੋਂ ਘਰੇ ਵਾਪਸ ਜਾਈਦਾ, ਬੜੀ ਡਰ ਲੱਗਦਾ ਬਾਬਾ ਜੀ ਬੜਾ ਲਾਈਫ ਤੋਂ। ਬੇਟਾ ਆਪਾਂ ਮਾਹੌਲ ਇਹੋ ਜਿਹਾ ਬਣਾਉਣਾ ਹੈ ਨਾ ਕਿ ਆਪਾਂ ਨੂੰ ਕਦੇ ਵੀ ਕਿਸੇ ਚੀਜ਼ ਦਾ ਬੋਝ ਨਾ ਹੋਵੇ ਬੇਟਾ,
ਬੋਝ ਨੂੰ ਆਪਾਂ ਫੜਿਆ ਹੋਇਆ, ਬੋਝ ਨੇ ਸਾਨੂੰ ਨਹੀਂ ਫੜਿਆ, ਅਸੀਂ ਫੜਿਆ ਹੋਇਆ ਬੇਟਾ। ਸੋ ਜ਼ਿੰਦਗੀ ਵਿੱਚ ਬੇਟਾ ਸਭ ਤੋਂ ਜ਼ਰੂਰੀ ਚੀਜ਼ ਹੈ ਸਿੱਖਣਾ ਕਿ ਆਪਾਂ ਕਿਵੇਂ ਇਹਨਾਂ ਚੀਜ਼ਾਂ ਨੂੰ ਛੱਡ ਦਈਏ। ਗੁੱਸੇ ਨੂੰ ਵੀ ਆਪਾਂ ਫੜਿਆ ਹੋਇਆ, ਟੈਨਸ਼ਨ ਵੀ ਆਪਾਂ ਫੜੀ ਹੋਈ ਹੈ। ਹਾਂਜੀ, ਸੋ ਜੇ ਆਪਾਂ ਭਜਨ ਸਿਮਰਨ ਕਰਾਂਗੇ, ਉਹਦੇ ਭਾਣੇ ਵਿੱਚ ਆਵਾਂਗੇ, ਇੰਨੀ ਤਾਕਤ ਬਖਸ਼ੂਗਾ ਕਿ ਕਿਸੇ ਚੀਜ਼ ਦਾ ਫਿਕਰ ਹੀ ਨਹੀਂ ਰਹਿਣਾ ਬੇਟਾ। ਬਾਬਾ ਜੀ, ਘਰ ਬਾਰ ਪੈਸਾ ਕੁਛ ਨਾ ਦਿਓ, ਸੇਵਾ ਬਖਸ਼ ਕੇ ਰੱਖਿਓ, ਬਸ ਤੁਹਾਡੀ ਸੇਵਾ ਨਾਲ ਜੁੜੇ ਰਹੀਏ ਅਤੇ ਭਜਨ ਸਿਮਰਨ ਦੀ ਤਾਕਤ ਦਿਓ ਬਾਬਾ ਜੀ, ਬਸ ਰਾਸੋਂ। ਕੀ ਗੱਲ ਹੋ ਗਈ, ਇੰਨੀ ਕਾਹਨੂੰ ਘਬਰਾਉਂਦੀ ਹੈ? ਬਾਬਾ ਜੀ, ਜੈਸੇ ਮੈਂ ਨਾ ਜਬ ਆ ਨਹੀਂ ਪਾਤੀ ਹੂੰ ਨਾ, ਤੋ ਮੇਰੇ ਕੋ ਨਾ ਬਹੁਤ ਚਿੜ ਮਚਤੀ ਹੈ, ਮਤਲਬ ਮੈਂ ਨਾ ਬਹੁਤ ਚਿੜਨੇ ਲੱਗ ਜਾਤੀ ਹੂੰ, ਮਤਲਬ ਅਗਰ ਮੈਂ ਨਾ ਆ ਪਾਊਂ ਤੋ ਮੁਝੇ ਕਿਆ ਕਰਨਾ ਜੀ? ਨਹੀਂ ਬੇਟਾ, ਦੇਖੋ ਹਰ ਵਕਤ ਹਰੇਕ ਕਾ ਮਾਹੌਲ ਜਾਂ ਹਰੇਕ ਕਾ ਦਾਇਰਾ ਤੋ ਇੱਕ ਜੈਸਾ ਨਹੀਂ ਨਾ ਹੋ ਸਕਤਾ, ਕਭੀ ਆਪਕੋ ਮਿਲੇਗੀ ਕਭੀ ਨਹੀਂ ਮਿਲੇਗੀ ਬੇਟਾ। ਤੋ ਮਨ ਮੇ ਠੀਕ ਹੈ, ਇੱਛਾ ਹੋਣੀ ਚਾਹੀਏ ਕਿ ਮੈਂ ਸੇਵਾ ਕਰੂੰ, ਯੇ ਕਰੂੰ, ਮਗਰ ਸਾਥ ਮੇ ਹਮਨੇ ਪ੍ਰੈਕਟੀਕਲ ਲੈਵਲ ਸੇ ਯੇ ਵੀ ਦੇਖਣਾ ਹੈ ਨਾ ਕਿ ਘਰ ਕੇ ਕਾਮ ਕਾਜ ਵੀ ਕਰਨੇ ਹੈ, ਬਾਕੀ ਜ਼ਿੰਮੇਵਾਰੀਆਂ ਵੀ ਨਿਭਾਣੀ ਹੈ ਬੇਟਾ, ਇੱਕ ਬੈਲੈਂਸ ਰੱਖਣਾ ਚਾਹੀਏ ਬੇਟਾ। ਬਾਬਾ ਜੀ, ਮਤਲਬ ਜੈਸੇ ਕਹਤੇ ਹੈ ਕਿ ਮਤਲਬ ਸਪਿਰਚੁਅਲਿਟੀ ਮੇ ਪਿਆਰ ਕੀ ਬਹੁਤ ਜ਼ਰੂਰਤ ਹੋਤੀ ਹੈ, ਤੋ ਪਰ ਜੋ ਵਿਰਹਾ ਹੋਤੀ ਹੈ ਵੋ ਮਤਲਬ ਉਸਕੀ ਕਿਆ ਇੰਪੋਰਟੈਂਸ ਹੈ? ਬੇਟਾ ਸਭ ਕੁਛ ਜ਼ਰੂਰਤ ਸੇ ਸ਼ੁਰੂ ਹੋਤਾ ਹੈ, ਜਬ ਤੱਕ ਕਿਸੀ ਚੀਜ਼ ਕੀ ਆਪ ਜ਼ਰੂਰਤ ਮਹਿਸੂਸ ਨਹੀਂ ਕਰੇਂਗੇ ਤੋ ਉਸਕੀ ਤਰਫ ਕੈਸੇ ਬੜੇਂਗੇ? ਸੋ ਯੇ ਵੀ ਉਸਕੀ ਦੇਨ ਹੈ ਬੇਟਾ, ਉਸਕੀ ਬਖਸ਼ਿਸ਼ ਹੈ। ਮਨ ਬਹੁਤ ਤਾਕਤਵਰ ਹੈ, ਜਬ ਤੱਕ ਮਨ ਕੋ ਕਿਸੀ ਚੀਜ਼ ਕੀ ਕਮੀ ਮਹਿਸੂਸ ਨਹੀਂ ਹੋਗੀ, ਯੇ ਕੁਰਬਾਨੀ ਨਹੀਂ ਦੇਗਾ। ਜਬ ਹਮ ਸਤਸੰਗ ਸੁਣਤੇ ਹੈ, ਗ੍ਰੰਥੋ ਪੋਥੀਓ ਕੋ ਪੜ੍ਹਤੇ ਹੈ, ਮਨ ਮੇ ਹਮਾਰੇ ਵੀ ਇੱਛਾ ਹੋਤੀ ਹੈ ਕਿ ਹਮਾਰੀ ਵੀ ਅਵਸਥਾ ਐਸੇ ਬਨੇ, ਤੋ ਵੋ ਜ਼ਰੂਰਤ ਉੱਠਤੀ ਹੈ, ਉਸ ਜ਼ਰੂਰਤ ਕੇ ਸਾਥ ਹਮਾਰੇ ਅੰਦਰ ਵੋ ਚਾਹਤ ਉੱਠਤੀ ਹੈ, ਵਿਰਹ ਬਨਤੀ ਹੈ, ਤਭੀ ਤੋ ਨਿਭਾ ਪਾਏਂਗੇ। ਬਾਬਾ ਜੀ, ਮੁਝੇ ਲਗਤਾ ਹੈ ਕਿ ਮੇਰੇ ਮੇ ਨਾ ਵਿਰਹਾ ਨਹੀਂ ਹੈ, ਪਲੀਜ਼। ਬੇਟਾ ਨਹੀਂ ਨਹੀਂ, ਐਸੀ ਬਾਤ ਨਹੀਂ ਹੈ, ਸਭੀ ਮੇ ਹੈ ਬੇਟਾ, ਹਮ ਸਭੀ ਅਬ ਕਿਉਂ ਆਏ ਹੈ ਸੇਵਾ ਪੇ, ਹਮੇ ਕਿਆ ਜ਼ਰੂਰਤ ਥੀ, ਹਮ ਆਪਣੇ ਘਰ ਮੇ ਵੀ ਬੈਠ ਸਕਤੇ ਸੀ ਆਰਾਮ ਸੇ, ਇਸ ਗਰਮੀ ਮੇ ਆ ਕੇ ਕਿਉਂ ਕਿਆ ਜ਼ਰੂਰਤ ਹੈ ਸੇਵਾ ਕਰਨੇ ਕੀ ਬੇਟਾ? ਜਬ ਤੱਕ ਮਨ ਮੇ ਥੋੜ੍ਹੀ ਸੀ ਉਹ ਕਸ਼ਿਸ਼ ਨਾ ਹੋ, ਜ਼ਰੂਰਤ ਨਾ ਹੋ, ਤਾਂ ਕਿਉਂ ਇਨਸਾਨ ਆਪਣੇ ਘਰ ਕੋ ਛੋੜ ਕੇ ਯਹਾਂ ਆ ਕੇ ਸੇਵਾ ਕਰੇਗਾ ਬੇਟਾ? ਤੋ ਹਮ ਪਰਖੋ ਮੇ ਪੜ ਜਾਤੇ ਹੈ, ਪਰਖ ਮਤ ਕਰੇ ਬੇਟਾ, ਪਿਆਰ ਕੇ ਬਗੈਰ ਕੋਈ ਵੀ ਜ਼ਿੰਦਾ ਨਹੀਂ ਰਹਿ ਸਕਦਾ। ਬਾਬਾ ਜੀ, ਪਹਿਲਾ ਕੁਸ਼ਚਨ ਮੇਰਾ ਇਹ ਹੈ ਜੀ, ਜਦੋਂ ਮਤਲਬ ਕਿ ਪੜ੍ਹਾਈ ਦੇ ਅਗਲੇ ਪੜਾਅ 'ਤੇ ਜਾਈਦਾ ਜੀ, ਤਾਂ ਉਦੋਂ ਬੜੀਆਂ ਦਿੱਕਤਾਂ ਹੁੰਦੀਆਂ, ਮਤਲਬ ਕਿ ਵੀ ਕੀ ਕਰੀਏ, ਕੀ ਪਾਰਟ ਟਾਈਮ ਜੋਬ ਕਰਕੇ ਕੁਛ ਕਮਾ ਕੇ ਵੀ ਆਪਦੀ ਫੀਸ ਤਾਂ ਭਰ ਜੋਗੇ ਹੋ ਜਾਏਗੀ ਜੀ, ਪਰ ਮਤਲਬ ਕਿ ਵੀ ਕੁਛ ਸਮਝ ਨਹੀਂ ਆਉਂਦਾ ਵੀ ਅੱਗੇ ਕੀ ਕਰੀਏ, ਕੋਈ ਕੰਸਨਟ੍ਰੇਸ਼ਨ ਨਹੀਂ ਬਣਦੀ ਜੀ ਕਿਸੇ ਵੀ ਗੱਲ 'ਤੇ, ਵੀ ਅਗਲੀ ਕਿਹੜੀ ਲਾਈਨ ਚੁਣੀ ਹੋਈ ਜਿਹਦੇ ਨਾਲ ਵੀ ਚੰਗਾ ਫੀਲਡ ਹਾਸਲ ਹੋਵੇ ਜੀ। ਆਪਣੇ ਵੱਲੋਂ ਮਿਹਨਤ ਕਰੋ ਬੇਟਾ, ਬਾਕੀ ਜੋ ਮਾਲਕ ਨੇ ਕਿਸਮ 'ਚ ਲਿਖਿਆ ਉਹ ਤਾਂ ਮਿਲੂਗਾ ਹੀ ਮਿਲੂਗਾ, ਮਗਰ ਅਸੀਂ ਤਾਂ ਆਪਣੇ ਵੱਲੋਂ ਮਿਹਨਤ ਕਰੀਏ ਨਾ, ਆਪਾਂ ਝੂਠੇ ਨਹੀਂ ਪੈਣਾ ਬੇਟਾ, ਮਿਹਨਤ ਕਰੋ। ਦੂਜਾ ਕੁਸ਼ਚਨ ਇਹ ਹੈ ਜੀ, ਵੀ ਗਿਆਨ ਵੀ ਇਕੱਲੇ ਕਿਤਾਬਾਂ 'ਚ ਹੀ ਕਿਉਂ ਮਿਲਦਾ ਜੀ, ਮਤਲਬ ਕਿ ਵੀ ਬਾਹਰ ਵੀ ਮਤਲਬ ਕਿ ਆਪਾਂ ਨੂੰ ਕੋਈ ਗਿਆਨ ਨਹੀਂ ਕਿਤਾਬਾਂ 'ਚ ਮਿਲਦਾ ਬੇਟਾ, ਬਾਣੀ 'ਚ ਆਪਾਂ ਪੜ੍ਹਦੇ ਨਹੀਂ, ਗਿਆਨ ਧਿਆਨ ਧੁਨ ਜਾਣੀਏ ਅਕੱਥ ਕਹਾਵੇ ਸੋਏ, ਠੀਕ ਹੈ ਨਾ, ਉਹ ਸੱਚਾ ਗਿਆਨ ਅੰਦਰੋਂ ਮਿਲੂਗਾ, ਗ੍ਰੰਥਾਂ ਪੋਥੀਆਂ ਦੇ ਜ਼ਰੀਏ ਤਾਂ ਪਤਾ ਚੱਲਦਾ ਕਿ ਉਸ ਸੱਚੇ ਗਿਆਨ ਦੀ ਖੋਜ ਆਪਾਂ ਕਿਵੇਂ ਕਰਨੀ, ਮਿਲੂਗਾ ਅੰਦਰੋਂ ਮਿਲੂਗਾ ਬੇਟਾ। ਸ਼ੁਕਰ ਬਾਬਾ ਜੀ, ਭਜਨ ਸਿਮਰਨ ਤਾਂ ਕਰ ਲਈਦਾ ਤੁਹਾਡੀ ਦਿਆ ਬਿਨਾਂ, ਧੁੰਨ ਤਾਂ ਨਹੀਂ ਬੈਠਿਆ ਜਾਂਦਾ, ਬਹੁਤ ਮਨ ਘਬਰਾਉਂਦਾ ਬਾਬਾ ਜੀ। ਨਹੀਂ ਬੇਟਾ, ਘਬਰਾਉਂਦਾ ਕਾਹਨੂੰ ਹੈਗਾ, ਮਨ ਦੀ ਤਾਂ ਚਾਲ ਹੈਗੀ ਹੈ ਕਿ ਤੁਹਾਨੂੰ ਕੁਛ ਕਰਨ ਨਾ ਦੇਵੇ, ਕੋਸ਼ਿਸ਼ ਇਹੀ ਹੁੰਦੀ ਹੈ ਕਿ ਭਜਨ ਦੇ ਨਾਲ ਧੁੰਨ 'ਤੇ ਨਾ ਬੈਠਾ। ਨਹੀਂ ਬੇਟਾ, ਜਿੰਨੇ ਚਿਰ ਆਪਾਂ ਧੁੰਨ 'ਤੇ ਨਹੀਂ ਬੈਠਾਂਗੇ ਤਾਂ ਫਿਰ ਫਾਇਦਾ ਕੀ ਹੋਇਆ ਬੇਟਾ? ਸਿਮਰਨ ਨਾਲ ਤਾਂ ਤੁਸੀਂ ਖਿਆਲ ਨੂੰ ਇਕਾਗਰ ਕਰਕੇ ਤੁਸੀਂ ਧੁੰਨ ਨਾਲ ਨਹੀਂ ਜੋੜਿਆ, ਤਾਂ ਗੱਲ ਤਾਂ ਉੱਥੇ ਦੀ ਉੱਥੇ ਰਹਿ ਗਈ, ਫਿਰ ਮਨ ਨੇ ਉਹ ਵਿਖਰ ਜਾਣਾ। ਫਿਰ ਬਾਬਾ ਜੀ, ਜੋ ਪਿਆਰ ਪਹਿਲਾਂ ਸੀ ਅੰਦਰ, ਉਦਾਂ ਦਾ ਪਿਆਰ ਨਹੀਂ। ਕਾਹਨੂੰ ਪਰਖਾਂ 'ਚ ਪੈਂਦੇ ਹੋ ਕਿ ਜੀ ਪਹਿਲਾਂ ਸੀਗਾ ਅੱਜ ਨਹੀਂ ਗਾ, ਪਿਆਰ ਪਿਆਰ ਹੁੰਦਾ ਬੇਟਾ, ਪਿਆਰ ਆਉਂਦਾ ਜਾਂਦਾ ਨਹੀਂ ਗਾ, ਸਾਡੀ ਜ਼ਰੂਰਤ ਵੱਧ ਜਾਂਦੀ ਹੈਗੀ। ਪਰ ਅੰਦਰ ਉਹ ਤੜਫ ਨਹੀਂ ਰਹਿੰਦੀ ਬਾਬਾ ਜੀ, ਜਿਸ ਤਰ੍ਹਾਂ ਪਹਿਲਾਂ ਅਸੀਂ ਭਜਨ ਸਿਮਰਨ ਕਰਦੇ ਸੀ, ਕਿਉਂਕਿ ਸਾਡਾ ਧਿਆਨ ਦੁਨੀਆਂ 'ਚ ਫੈਲਿਆ ਹੋਇਆ ਬੇਟਾ, ਧਿਆਨ ਨੂੰ ਵਾਪਸ ਲਿਆਵਾਂਗੇ ਉਹੀ ਚੀਜ਼ ਸਾਹਮਣੇ ਆਜੂਗੀ। ਇੱਕ ਦੂਸਰਾ ਸਵਾਲ ਹੈ ਬਾਬਾ ਜੀ, ਆਪਾਂ ਬੱਚਿਆਂ ਨਾਲ ਮੂੰਹ ਕਰਦੇ ਹਾਂ ਕਿ ਪਿਆਰ ਕਰਦੇ ਹਾਂ,
ਇਹਨੂੰ ਨਹੀਂ ਅਸੀਂ ਸਮਝ ਸਕਦੇ। ਬੇਟਾ ਪਿਆਰ ਨੂੰ ਰਿਸਟ੍ਰਿਕਟ ਨਹੀਂ ਕਰੀਦਾ ਹੁੰਦਾ, ਜਦੋਂ ਆਪਾਂ ਪਿਆਰ ਨੂੰ ਨਾ ਦਾਇਰੇ 'ਚ ਬੰਦ ਕਰ ਲੈਂਦੇ ਹਾਂ ਫਿਰ ਉਹ ਨੈਗੇਟਿਵ ਹੋ ਜਾਂਦਾ। ਆਪਾਂ ਤਾਂ ਸਾਰਿਆਂ ਨਾਲ ਪਿਆਰ ਕਰਨਾ ਨਾ। ਸੋ ਜਦੋਂ ਤੁਸੀਂ ਸਿਰਫ ਇੱਕ ਦੇ ਨਾਲ ਪਿਆਰ ਕਰੋਗੇ ਫਿਰ ਉਹ ਮੋਹ 'ਚ ਬਣ ਜਾਂਦਾ। ਮਗਰ ਪਿਆਰ ਤਾਂ ਸਾਰਿਆਂ ਨੂੰ, ਜੇ ਆਪਾਂ ਸਾਰਿਆਂ ਵਿੱਚੋਂ ਮਾਲਕ ਨੂੰ ਦੇਖਦੇ ਹਾਂ ਤਾਂ ਫਿਰ ਸਾਨੂੰ ਤਾਂ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਬੇਟਾ। ਜਿਸ ਤਰ੍ਹਾਂ ਆਪਾਂ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਕਰਦੇ ਹਾਂ, ਬਾਕੀ ਸਭ ਨੂੰ ਵੀ ਕਰਦੇ ਹਾਂ, ਪਰ ਬੱਚਿਆਂ ਨੂੰ ਤਾਂ ਬਹੁਤ ਜ਼ਿਆਦਾ ਕਰਦੇ ਹਾਂ। ਕਿ ਇਸੇ ਕਰਕੇ ਤਾਂ ਵਿਗੜਦੇ ਆ ਕਿ ਬਹੁਤ ਜ਼ਿਆਦਾ ਕਰਦੇ ਹਾਂ। ਕੋਈ ਹੱਦ ਹੋਣੀ ਚਾਹੀਦੀ ਹੈ ਬੇਟਾ। ਜਦੋਂ ਜ਼ਿਆਦਾ ਕਰ ਲੈਂਦੇ ਹਾਂ ਫਿਰ ਉਹ ਵਿਗੜ ਜਾਂਦੇ ਆ, ਫਿਰ ਭੁਗਤਾਨ ਸਾਨੂੰ ਦੇਣਾ ਪਊਗਾ। ਦਿਆ ਕਰਨਾ ਬਾਬਾ ਜੀ ਬੱਚਿਆਂ ਦਾ। ਅਸੀਂ ਬਾਬਾ ਜੀ, ਬਾਬਾ ਜੀ ਪਹਿਲਾ ਕੁਐਸਚਨ ਮੇਰਾ ਹੈ ਜੀ, ਮੈਂ ਦੁਬਈ ਦੇ ਵਿੱਚ ਰਹਿੰਦਾ ਜੀ, ਮਤਲਬ ਜਿਹੜਾ ਮੇਰਾ ਮੈਸ ਹੈ ਨਾ ਜੀ, ਉਹ ਵੈਜੀਟੇਬਲ ਔਰ ਨੋਨ ਵੈਜੀਟੇਬਲ ਦੋਨੋਂ ਹੈ, ਠੀਕ ਹੈ ਜੀ। ਮੈਸ ਜਿਹੜਾ ਵੈਜੀਟੇਬਲ ਅਲੱਗ ਬਣਦਾ, ਨੋਨ ਵੈਜ ਅਲੱਗ ਬਣਦਾ, ਮਤਲਬ ਫਿਰ ਵੀ ਕਦੇ ਬਾਈ ਚਾਂਸ ਉਹ ਕਰਸ਼ੀ ਜਿਹੜੀ ਚੇਂਜ ਕਰਦੇ ਹੋਣਗੇ, ਠੀਕ ਹੈ ਜੀ। ਉਹਦੇ ਵਿੱਚ ਤਾਂ ਮਤਲਬ ਮੇਰੀ ਕੋਈ ਗਲਤੀ ਨਹੀਂ, ਉਹਦੇ ਵਿੱਚ ਮੇਰਾ ਕੋਈ ਕਰਮ ਨਹੀਂ ਹੈ ਨਾ ਜੀ। ਇਤਿਹਾਸ ਵਰਤ ਆਪਾਂ ਜਿੰਨਾ ਵਰਤ ਸਕਦੇ ਹਾਂ, ਔਰ ਕਈ ਚੀਜ਼ਾਂ ਆਪਣੇ ਬੱਸ ਵਿੱਚ ਹੈ, ਕਈ ਚੀਜ਼ਾਂ ਆਪਣੇ ਬੱਸ ਵਿੱਚ ਹੀ ਨਹੀਂ ਗੀਆਂ ਬੇਟਾ। ਹੁਣ ਜਿਹੜੀ ਚੀਜ਼ ਆਪਣੇ ਬੱਸ ਵਿੱਚ ਨਹੀਂ ਗਈ ਉਹਦਾ ਆਪਾਂ ਕਾਹਨੂੰ ਫਿਕਰ ਕਰਨਾ ਹੈਗਾ। ਆਪਾਂ ਆਪਣੇ ਵੱਲੋਂ ਇਤਿਹਾਸ ਵਰਤੀਏ, ਬਾਕੀ ਜੋ ਮਾਲਕ ਦੀ ਮੌਜ ਹੈ ਬੇਟਾ। ਦੂਜਾ ਕੁਐਸਚਨ ਇਹ ਹੈ ਜੀ, ਕਾਫੀ ਸਾਲਾਂ ਤੋਂ ਨਾਮਦਾਨ ਦੀ ਬਖਸ਼ਿਸ਼ ਨਹੀਂ ਹੋਈ ਜੀ, ਬਹੁਤ ਟਾਈਮ ਹੋ ਗਿਆ। ਨੈਕਸਟ ਅੱਗੇ ਤੋਂ ਮਤਲਬ ਅਰੋਪ ਵਿੱਚ ਚਲਾ ਜਾਵਾਂ ਤਾਂ ਉੱਥੇ ਮੈਨੂੰ ਨਾਮਦਾਨ ਦੀ ਬਖਸ਼ਿਸ਼ ਹੋਊਗੀ ਜੀ? ਹੈਂ, ਅਰੋਪ ਦੇ ਵਿੱਚ ਮਤਲਬ ਚਲਾ ਜਾਵਾਂ, ਹਾਂ, ਗਾਹਾਂ ਨਾਮਦਾਨ ਦੀ ਬਖਸ਼ਿਸ਼ ਹੋਊਗੀ ਜੀ ਮੈਨੂੰ? ਇਹ ਤਾਂ ਹੁਣ ਕੀ ਹੋਇਆ ਪਿਆ, ਮਿਲਦਿਆਂ ਨਹੀਂ ਪਏ, ਇੱਥੇ ਕਾਫੀ ਵਾਰ ਟਰਾਈ ਕੀਤਾ, ਇੱਥੋਂ ਸੱਸ ਅੱਛਾ ਇੱਥੇ ਨਹੀਂ ਮਿਲਦਾ, ਇੱਥੋਂ ਵੀ ਟਰਾਈ ਕਰਕੇ ਗਏ, ਇੱਥੋਂ ਵੀ ਨਹੀਂ ਮਿਲਿਆ, ਮਤਲਬ ਬਾਈ ਚਾਂਸ ਕਈ ਵਾਰੀ ਬੰਦੇ ਤਾਂ ਬੜਾ ਸਸਤਾ ਸੌਦਾ, ਜਿੱਥੇ ਜਾਏਗਾ ਮਿਲ ਜੂਗਾ। ਠੀਕ, ਇਹ ਦੁਬਈ ਦੇ ਵਿੱਚ ਮਿਲਦਾ ਨਹੀਂ ਨਾ, ਦੁਬਈ ਦੇ ਵਿੱਚ ਪਿਆਰ ਦਾ ਸੌਦਾ ਹੈਗਾ, ਕਾਫੀ ਵਾਰੀ ਟਰਾਈ ਕੀਤਾ ਉੱਥੇ, ਨਹੀਂ ਜਿੱਥੇ ਜਾਏਗਾ ਮਿਲ ਜੂਗਾ ਬੇਟਾ, ਇਹ ਤਾਂ ਪਿਆਰ ਦਾ ਸੌਦਾ। ਓਕੇ, ਰਸ ਵੀ ਨਾਮਦਾਨ ਦੀ ਬਖਸ਼ਿਸ਼ ਕਰਨਾ ਜੀ।